ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਦੀ ਵੀਡੀਓ ਵਿੱਚ ਅਸੀਂ ਭਾਰਤ ਦੀ ਗੱਲ ਕਰਨ ਜਾ ਰਹੇ ਹਾਂ। ਭਾਰਤ ਦੀ 200 ਈਸਾ ਪੂਰਵ ਤੋਂ ਲੈ ਕੇ 300 ਈਸਵੀ ਤੱਕ ਦੀ ਗੱਲ ਕਰਾਂਗੇ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਸਕਦੇ ਹਾਂ ਕਿ ਭਾਰਤ ਦੀ ਜਿਹੜੀ ਗੱਲ ਹੈਗੀ ਆ ਆਪਣੇ ਇੰਡੀਆ ਦੀ ਗੱਲ। 200 BC ਤੋਂ ਲੈ ਕੇ 300 AD ਤੱਕ ਦੀ ਗੱਲ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ PSTET ਐਂਡ CTET ਦੇ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਜੇਕਰ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਵੇਖਦੇ ਹੋ, ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਉਹ ਡਿਵੈਲਪ ਹੋਏਗੀ, ਜਿਸ ਦੇ ਨਾਲ ਤੁਸੀਂ PSTET ਐਂਡ CTET ਦੀ ਜਿਹੜੀ ਪ੍ਰੀਖਿਆ ਹੈ ਉਹਦੇ ਵਿੱਚ SST ਵਾਲਾ ਜਿਹੜਾ ਪੋਰਸ਼ਨ ਹੈ ਉਹ ਚੰਗੀ ਤਰ੍ਹਾਂ ਅਟੈਂਪਟ ਕਰ ਸਕਦੇ ਹੋ। ਸੋ ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਆਪਣੇ ਇਸ ਚੈਨਲ 'ਤੇ ਨਵੇਂ ਹੋ, ਇਸ ਚੈਨਲ ਨੂੰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਜਿਹੜਾ ਲਾਲ ਵਾਲਾ ਸਬਸਕ੍ਰਾਈਬ ਬਟਨ ਹੋਏਗਾ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਚੈਪਟਰ ਦੇ ਨਾਮ ਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਇੰਡੀਆ ਦੀ ਆਪਾਂ ਗੱਲ ਕਰਾਂਗੇ 200 BC ਤੋਂ ਲੈ ਕੇ 300 AD ਤੱਕ, 200 ਈਸਾ ਪੂਰਵ ਤੋਂ ਲੈ ਕੇ 300 ਈਸਵੀ ਤੱਕ ਦੀ ਜਿਹੜੀ ਗੱਲ ਹੈ ਜੀ ਉਹ ਆਪਾਂ ਕਰਾਂਗੇ, ਜਿਹਦੇ ਵਿੱਚ ਆਪਾਂ ਮੇਨਲੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ ਕਿਸ ਤਰ੍ਹਾਂ ਜਿਹੜਾ ਸ਼ੁੰਗ ਵੰਸ਼ ਸੀਗਾ, ਮੌਰੀਆ ਵੰਸ਼ ਸੀਗਾ, ਇਹਨਾਂ ਨੇ ਭਾਰਤ 'ਤੇ ਰਾਜ ਕੀਤਾ, ਕਿੱਥੇ ਕਿੱਥੇ ਇਹਨਾਂ ਨੇ ਆਪਦੇ ਏਰੀਆ ਦਾ ਵਿਸਤਾਰ ਕੀਤਾ, ਜਿਹੜਾ ਵੀ ਇਹਨਾਂ ਦਾ ਜਿਹੜਾ ਸਾਮਰਾਜ ਸੀ ਉੱਥੇ ਇਹਨਾਂ ਦਾ ਜਿਹੜਾ ਸਿਸਟਮ ਸੀ, ਜੇਕਰ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ ਕੀ ਕੰਮ ਕੀਤਾ ਜਾਂਦਾ ਸੀਗਾ ਉਸ ਟਾਈਮ ਦੇ ਲੋਕਾਂ ਦੁਆਰਾ, ਕੀ ਕੁਝ ਖਾਧਾ ਪੀਤਾ ਜਾਂਦਾ ਸੀ, ਕੀ ਕੁਝ ਜਿਹੜਾ ਕਿ ਟੈਕਸਟੇਸ਼ਨ ਸਿਸਟਮ ਸੀ, ਇਹਨਾਂ ਸਾਰੀਆਂ ਹੀ ਗੱਲਾਂ ਨੂੰ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਡਿਸਕਸ ਕੀਤਾ ਸੀਗਾ, ਕਿਵੇਂ ਇਹ ਬਾਹਰਲੇ ਲੋਕਾਂ ਨਾਲ ਵੀ ਵਪਾਰ ਵਗੈਰਾ ਕਰਦੇ ਹੁੰਦੇ ਸੀਗੇ, ਕਿਹੜੇ ਕਿਹੜੇ ਕੰਮ ਇਹਨਾਂ ਦੁਆਰਾ ਕੀਤੇ ਜਾਂਦੇ ਸੀਗੇ, ਕਿਸ ਤਰ੍ਹਾਂ ਇਹਨਾਂ ਨੇ ਆਪਦੇ ਜਿਹੜੇ ਦੇਸ਼ ਦਾ ਕਹਿ ਸਕਦੇ ਹਾਂ ਆਪਦੇ ਏਰੀਆ ਦਾ ਜਿੱਥੇ ਇਹ ਰਾਜ ਕਰ ਰਹੇ ਸੀਗੇ ਉਹਦਾ ਇਹਨਾਂ ਵੱਲੋਂ ਵਿਸਤਾਰ ਕੀਤਾ ਗਿਆ, ਭਾਵੇਂ ਉਹ ਯੁੱਧ ਕਰਕੇ ਕੀਤਾ ਗਿਆ ਹੋਵੇ ਜਾਂ ਫਿਰ ਪਿਆਰ ਨਾਲ, ਜਿਵੇਂ ਵੀ ਇਹਨਾਂ ਨੇ ਕੀਤਾ ਸੀਗਾ ਉਹਦੇ ਬਾਰੇ ਆਪਾਂ ਡਿਸਕਸ਼ਨ ਕੀਤੀ ਸੀਗੀ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਕਿ ਕੁਝ ਹੋਰ ਵੀ ਰਾਜ ਆਏ ਜਿਨ੍ਹਾਂ ਨੇ ਇਹਨਾਂ ਨੂੰ ਹਰਾ ਦਿੱਤਾ, ਅਤੇ ਉਸਦੇ ਵਿੱਚ ਆਪਾਂ ਜਿਹੜਾ ਅਗਲਾ ਜਿਹੜਾ ਵੰਸ਼ ਹੈ ਉਹ ਪੜ੍ਹਨ ਜਾ ਰਹੇ ਹਾਂ, ਜਿਹਦੇ ਵਿੱਚ ਮੇਨਲੀ ਆਪਾਂ ਸਤਵਾਹਨ ਵੰਸ਼ ਬਾਰੇ ਪੜ੍ਹਾਂਗੇ ਜੀ। ਸਤਵਾਹਨ ਵੰਸ਼ ਤੋਂ ਬਾਅਦ ਆਪਾਂ ਜਿਹੜੇ ਕਨਿਸ਼ਕ ਬਾਰੇ ਵੀ ਆਪਾਂ ਪੜ੍ਹਾਂਗੇ, ਕਨਿਸ਼ਕ ਵੀ ਇੱਕ ਰਾਜਾ ਹੁੰਦਾ ਸੀ ਜਿਹਦੇ ਵਿੱਚ ਆਪਾਂ ਹੋਰ ਵੀ ਜਿਹੜੇ ਸਾਊਥ ਇੰਡੀਆ ਦੇ ਵਿੱਚ ਜਿਹੜੇ ਤੁਹਾਨੂੰ ਰਾਜਾ ਵਗੈਰਾ ਵੇਖਣ ਨੂੰ ਮਿਲਦੇ ਨੇ, ਕੁਝ ਹੋਰ ਛੋਟੀਆਂ ਛੋਟੀਆਂ ਜਿਹੜੀਆਂ ਰਿਆਸਤਾਂ ਜਾਂ ਫਿਰ ਸਟੇਟਸ ਹੈਗੀਆਂ ਸੀਗੀਆਂ ਜੀ, ਜਿਵੇਂ ਕਿ ਚੋਲਾ ਚੇਰਾ ਪਾਂਡਿਆਸ, ਇਹਨਾਂ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਦੋਸਤੋ, ਵੀਡੀਓ ਨੂੰ ਆਪਾਂ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਾ ਡੈਕਨ ਦੀ। ਜਿਹੜਾ ਡੈਕਨ ਜਿਹੜਾ ਏਰੀਆ ਹੈਗਾ ਇਹ ਤੁਹਾਨੂੰ ਮੇਨਲੀ ਭਾਰਤ ਦੇ ਸਾਊਥ ਵਿੱਚ ਵੇਖਣ ਨੂੰ ਮਿਲਦਾ ਹੈਗਾ, ਜਿਹੜਾ ਕਿ ਵਿੰਧਿਆ ਜਿਹੜੇ ਮਾਊਂਟੇਨਸ ਹੈਗੇ ਨੇ, ਵਿੰਧਿਆ ਮਾਊਂਟੇਨਸ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਊਗਾ ਜੀ। ਜਿਹੜੇ ਆਪਣੇ ਸਾਊਥ ਦੇ ਵਿੱਚ ਵਿੰਧਿਆ ਵਾਲੇ ਜਿਹੜੇ ਮਾਊਂਟੇਨਸ ਨੇ ਜੀ, ਇਹ ਵਾਲਾ ਜਿਹੜਾ ਏਰੀਆ ਹੈਗਾ ਇਹਨੂੰ ਆਪਾਂ ਮੇਨਲੀ ਡੈਕਨ ਦਾ ਨਾਮ ਦਿੰਦੇ ਹਾਂ। ਦੱਖਣੀ ਪਠਾਰ ਤੁਸੀਂ ਨਾਮ ਜ਼ਰੂਰ ਸੁਣਿਆ ਹੋਊਗਾ, ਜਿਹਦੇ ਵਿੱਚ ਮੇਨਲੀ ਨਰਮਦਾ ਨਦੀ ਵੀ ਆ ਜਾਂਦੀ ਹੈ। ਵਿੰਧਿਆਸ ਦੇ ਜਿਹੜੇ ਪਰਬਤ ਨੇ ਜੀ ਇਹਨੂੰ ਆਪਾਂ ਕੀ ਕਹਿੰਦੇ ਸੀਗੇ, ਡੈਕਨ ਕਹਿੰਦੇ ਸੀਗੇ। ਬਟ ਪੁਰਾਣੇ ਟਾਈਮ ਦੇ ਵਿੱਚ, ਇਹ ਤਾਂ ਆਪਾਂ ਅੱਜ ਦੀ ਗੱਲ ਕਰ ਰਹੇ ਹਾਂ, ਅੱਜ ਦੀ ਟਾਈਮ ਦੇ ਵਿੱਚ ਤਾਂ ਇਹਨੂੰ ਆਪਾਂ ਡੈਕਨ ਦਾ ਨਾਮ ਦਿੰਦੇ ਹਾਂ, ਬਟ ਪੁਰਾਣੇ ਟਾਈਮ ਦੇ ਵਿੱਚ ਇਹਨੂੰ ਨਾਮ ਦਿੱਤਾ ਗਿਆ ਸੀਗਾ ਜੀ ਦਕਸ਼ਿਣਾ ਪਥ। ਕੀ ਨਾਮ ਦਿੱਤਾ ਗਿਆ ਸੀਗਾ? ਦਕਸ਼ਿਣਾ ਪਥ ਇਹਦਾ ਨਾਮ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਮੇਨਲੀ ਜਿਹੜੇ ਪਹਿਲਾਂ ਮੌਰਿਆ ਵੰਸ਼ ਜਿਹੜੇ ਹੁੰਦੇ ਸੀਗੇ ਇਹਨਾਂ ਨੂੰ ਹਰਾ ਦਿੱਤਾ ਗਿਆ ਸੀਗਾ। ਕਿਹਦੇ ਦੁਆਰਾ? ਜਿਹੜੀ ਸਾਤਵਾਹਨ ਡਾਇਨਸਟੀ ਹੁੰਦੀ ਸੀਗੀ, ਸਾਤਵਾਹਨ ਜਿਹੜੇ ਵੰਸ਼ ਸੀਗੇ ਉਹਨਾਂ ਨੇ ਹਰਾ ਦਿੱਤਾ ਸੀਗਾ ਮੌਰਿਆਜ਼ ਨੂੰ ਡੈਕਨ ਦੇ ਵਿੱਚ, ਜਿਹੜੇ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਮੌਰਿਆ ਵੰਸ਼ ਬਾਰੇ। ਸਾਤਵਾਹਨ ਵੰਸ਼ ਨੇ ਡੈਕਨ ਦੇ ਵਿੱਚ ਲਗਭਗ ਕਿੰਨਾ ਰਾਜ ਕੀਤਾ ਸੀਗਾ? ਉਹਨਾਂ ਨੇ ਰਾਜ ਕੀਤਾ ਸੀਗਾ 300 ਸਾਲਾਂ ਤੱਕ ਇਹਨਾਂ ਨੇ ਰਾਜ ਕੀਤਾ, ਪਹਿਲੀ ਸ਼ਤਾਬਦੀ BC ਤੋਂ ਲੈ ਕੇ AD 220 ਤੱਕ ਇਹਨਾਂ ਨੇ ਲਗਭਗ ਜਿਹੜਾ ਰਾਜ ਸੀਗਾ ਜਾਂ ਜਿਹੜਾ ਰੂਲ ਸੀ ਉਹ ਕੀਤਾ ਸੀਗਾ। ਜੇਕਰ ਆਪਾਂ ਸਾਤਵਾਹਨ ਵੰਸ਼ ਦੀ ਆਪਾਂ ਗੱਲ ਕਰੀਏ, ਗੌਤਮੀ ਪੁੱਤਰ ਸ਼ਤਕਰਣੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਜਿਹੜਾ ਕਿ ਸਾਤਵਾਹਨ ਵੰਸ਼ ਦਾ ਸਰਨਲ ਮਹਾਨ ਜਿਹੜਾ ਰਾਜਾ ਹੈਗਾ ਇਹ ਮੰਨਿਆ ਜਾਂਦਾ ਸੀਗਾ। ਅਤੇ ਇਹਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਰਾਜ ਕੀਤਾ ਸੀ? ਇਹਨੇ AD 106 ਤੋਂ ਲੈ ਕੇ 130 ਤੱਕ, AD 106 ਤੋਂ ਲੈ ਕੇ AD 130 ਤੱਕ ਇਹਨੇ ਰਾਜ ਕੀਤਾ। ਮਤਲਬ ਇਹਨੂੰ ਬਹੁਤ ਜ਼ਿਆਦਾ ਜੇਤੂ ਮੰਨਿਆ ਜਾਂਦਾ ਸੀਗਾ, ਇਹਨੇ ਬਹੁਤ ਸਾਰੀਆਂ ਜੰਗਾਂ ਸੀਗੀਆਂ ਉਹ ਜਿੱਤੀਆਂ ਸੀਗੀਆਂ। ਇਹਨੂੰ ਲਾਰਡ ਆਫ ਦਾ ਵੈਸਟ ਵੀ ਕਿਹਾ ਜਾਂਦਾ ਸੀ, ਲਾਰਡ ਆਫ ਦਾ ਵੈਸਟ ਵੀ ਇਹਨੂੰ ਕਿਹਾ ਜਾਂਦਾ ਸੀ। ਐਂਡ ਇਹਦੇ ਮੁੰਡੇ ਦਾ ਕੀ ਨਾਮ ਸੀਗਾ? ਜੇਕਰ ਆਪਾਂ ਗੱਲ ਕਰੀਏ ਸਾਤਵਾਹਨ ਰੂਲਰ ਸੀਗਾ ਜਿਹੜਾ ਗੌਤਮੀ ਪੁੱਤਰ ਸਤਕਰਨੀ, ਇਹਦਾ ਜਿਹੜਾ ਮੁੰਡਾ ਸੀ ਜਿਹਨੇ ਇਸ ਤੋਂ ਬਾਅਦ ਰਾਜ ਕੀਤਾ ਉਹਦਾ ਕੀ ਨਾਮ ਸੀ? ਉਹਦਾ ਨਾਮ ਸੀਗਾ ਜੀ ਵਸ਼ਿਸ਼ਠ ਪੁੱਤਰ ਪੁਲਵਾਮੀ।
ਪੁਲਮਾਮੀ ਨੇ ਰਾਜ ਕੀਤਾ 130 ਤੋਂ ਲੈ ਕੇ 154 ਏਡੀ ਤੱਕ। ਜਿਹੜਾ ਇਹਦਾ ਮੁੰਡਾ ਸੀ, ਕਿਹਦਾ ਮੁੰਡਾ ਸੀਗਾ? ਗੌਤਮੀ ਪੁੱਤਰ ਸਪਤਕਰਣੀ ਦਾ, ਜਿਹੜਾ ਕਿ ਇੱਕ ਮਹਾਨ ਰਾਜਾ ਸੀ। ਐਂਡ ਇਹਨੇ ਜਿਹੜੀ ਆਪਦੀ ਜਿਹੜੀ ਰਾਜਧਾਨੀ ਬਣਾਈ ਸੀਗੀ ਉਹ ਕਿਹੜੀ ਬਣਾਈ ਸੀ? ਉਹਦਾ ਨਾਮ ਸੀ ਪ੍ਰਤਿਸ਼ਠਾਨ। ਪ੍ਰਤਿਸ਼ਠਾਨ ਨਾਮ ਦੀ ਇੱਕ ਤੁਹਾਨੂੰ ਜਗ੍ਹਾ ਵੇਖਣ ਨੂੰ ਮਿਲਦੀ ਹੈ, ਜਿਹੜੀ ਕਿ ਤੁਹਾਨੂੰ ਔਰੰਗਾਬਾਦ, ਜਿਹੜਾ ਮਹਾਰਾਸ਼ਟਰ ਦੇ ਵਿੱਚ ਇੱਕ ਜ਼ਿਲ੍ਹਾ ਹੈਗਾ, ਉਹਦੇ ਵਿੱਚ ਇਹ ਤੁਹਾਨੂੰ ਜਗ੍ਹਾ ਵੇਖਣ ਨੂੰ ਮਿਲਦੀ ਹੈ। ਜਿਹੜਾ ਇਹਦਾ ਮੁੰਡਾ ਸੀ ਵਸ਼ਿਸ਼ਠ ਪੁੱਤਰ, ਇਹਨੇ ਰਾਜਧਾਨੀ ਬਣਾਇਆ ਸੀਗਾ ਪ੍ਰਤਿਸ਼ਠਾਨ ਨੂੰ, ਜਿਹੜਾ ਕਿ ਤੁਹਾਨੂੰ ਔਰੰਗਾਬਾਦ ਦੇ ਵਿੱਚ ਤੁਹਾਨੂੰ ਜਗ੍ਹਾ ਵੇਖਣ ਨੂੰ ਮਿਲਦੀ ਹੈ। ਇੱਕ ਤੁਹਾਨੂੰ ਸਾਤਵਾਹਨ ਵੰਸ਼ ਦਾ ਤੁਹਾਨੂੰ ਜਿਹੜਾ ਲਾਸਟ ਮਹਾਨ ਰਾਜਾ ਵੇਖਣ ਨੂੰ ਮਿਲਦਾ ਹੈ, ਉਹਦਾ ਨਾਮ ਸੀਗਾ ਯਜਸ਼੍ਰੀ ਸਤਕਰਣੀ। ਯਜਸ਼੍ਰੀ ਸਤਕਰਣੀ ਨਾਮ ਦਾ ਇੱਕ ਰਾਜਾ ਸੀ, ਜਿਹੜਾ ਕਿ ਸਾਤਵਾਹਨ ਕਹਿ ਸਕਦੇ ਹਾਂ ਕਿ ਇਹਨਾਂ ਦੀ ਡਾਇਨਸਿਟੀ ਦਾ, ਇਹਨਾਂ ਦੇ ਰਾਜਵੰਸ਼ ਦਾ ਆਖਰੀ ਰਾਜਾ ਸੀਗਾ। ਇਹਨੇ ਵੀ ਵਪਾਰ ਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਸੀਗਾ ਅਤੇ ਇਹਨੇ ਮਲਾਇਆ ਦੇ ਵਿੱਚ ਵੀ ਆਪਦੀਆਂ ਜਿਹੜੀਆਂ ਨੇਵਲ ਕਹਿ ਸਕਦੇ ਹਾਂ, ਜਿਹੜੇ ਸੈਨਿਕ ਹੁੰਦੇ ਨੇ, ਇਹ ਭੇਜੇ ਸੀਗੇ। ਇਹਦੀ ਮੌਤ ਤੋਂ ਬਾਅਦ ਜਿਹੜਾ ਇਹਨਾਂ ਦਾ ਵੰਸ਼ ਸੀ, ਸਾਤਵਾਹਨ ਵੰਸ਼, ਉਹ ਖਤਮ ਹੋ ਗਿਆ। ਕਦੋਂ ਖਤਮ ਹੋ ਗਿਆ? 220 ਏਡੀ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਤਵਾਹਨ ਦੀਆਂ ਜਿਹੜੀਆਂ ਮੇਨ ਅਚੀਵਮੈਂਟ ਸੀਗੀਆਂ ਉਹ ਕੀ ਕੁਝ ਸੀਗੀਆਂ, ਇਹਨਾਂ ਨੇ ਇਹੋ ਜਿਹਾ ਕਿਹੜਾ ਤੀਰ ਮਾਰਿਆ ਸੀਗਾ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ। ਜੇਕਰ ਆਪਾਂ ਇਹਨਾਂ ਦੇ ਪ੍ਰਸ਼ਾਸਨ ਦੀ ਗੱਲ ਕਰੀਏ, ਪ੍ਰਸ਼ਾਸਨ ਦੇ ਵਿੱਚ ਇਹਨਾਂ ਦਾ ਜਿਹੜਾ ਰਾਜਾ ਹੁੰਦਾ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਇਹਨਾਂ ਨੂੰ ਮੰਨਿਆ ਜਾਂਦਾ ਸੀ ਕਿ ਇਹਨਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ। ਕਿਹਨਾਂ ਨੂੰ ਜੀ? ਇਹਨਾਂ ਦੇ ਜਿਹੜੇ ਰਾਜਾ ਰਾਜ ਕਰਦੇ ਸੀਗੇ, ਜਿਵੇਂ ਗੌਤਮੀ ਪੁੱਤਰ ਸਤਕਰਣੀ ਸੀ, ਗੌਤਮੀ ਪੁੱਤਰ ਸਤਕਰਣੀ ਸੀ, ਇਹਨਾਂ ਦੇ ਲੋਕ ਮੰਨਦੇ ਸੀਗੇ ਕਿ ਇਹਨਾਂ ਕੋਲ ਕੋਈ ਜਾਦੂਈ ਮਾਇਆਵੀ ਸ਼ਕਤੀਆਂ ਹੈਗੀਆਂ ਨੇ, ਕੁਝ ਡਿਵਾਈਨ ਪਵਿੱਤਰ ਸ਼ਕਤੀਆਂ ਨੇ ਜੀ, ਅਤੇ ਜਿਹਦੇ ਕਰਕੇ ਲੋਕ ਇਹਨਾਂ 'ਤੇ ਬੜਾ ਵਿਸ਼ਵਾਸ ਕਰਦੇ ਸੀਗੇ। ਲੋਕਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਕੋਲ ਹਾਂ ਵੀ ਇੱਕ ਐਜ਼ ਅ ਗੋਡ ਹੀ, ਮਤਲਬ ਇਹਨਾਂ ਨੂੰ ਮੰਨਦੇ ਹੁੰਦੇ ਸੀਗੇ। ਅਤੇ ਇਹਨਾਂ ਦਾ ਜਿਹੜਾ ਸਾਮਰਾਜ ਸੀਗਾ, ਇਹਨਾਂ ਦੇ ਸਾਮਰਾਜ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿਹੜੇ ਪ੍ਰੋਵਿੰਸਿਸ ਹੁੰਦੇ ਨੇ ਜੀ, ਜਿਹੜੇ ਕਿ ਸੂਬੇ ਹੁੰਦੇ ਨੇ, ਉਹਦੇ ਵਿੱਚ ਵੰਡਿਆ ਹੋਇਆ ਸੀਗਾ। ਅਤੇ ਹਰ ਸੂਬੇ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਸੈਨਾਪਤੀ ਹੈਗਾ ਉਹ ਮਿਲਦਾ ਸੀਗਾ। ਸੈਨਾਪਤੀ ਦੇ ਦੁਆਰਾ ਹੀ ਇਹਨਾਂ ਦੇ ਜਿਹੜੇ ਪ੍ਰਾਂਤ ਹੁੰਦੇ ਸੀਗੇ, ਜਿਹੜੇ ਸੂਬੇ ਹੁੰਦੇ ਸੀਗੇ, ਉਹਨਾਂ ਦਾ ਮਤਲਬ ਸਾਂਭਿਆ ਜਾਂਦਾ ਸੀ। ਅਤੇ ਇਹ ਜਿਹੜੇ ਸੂਬੇ ਹੁੰਦੇ ਸੀਗੇ ਇਹਨਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੁੰਦਾ ਸੀਗਾ। ਜ਼ਿਲ੍ਹਿਆਂ ਵਿੱਚ ਜਿਹੜੇ ਇਹਨਾਂ ਨੂੰ ਵੰਡਿਆ ਹੁੰਦਾ ਸੀਗਾ ਜੀ, ਇਹਨਾਂ ਨੂੰ ਕੌਣ ਸਾਂਭਦੇ ਸੀਗੇ? ਇਹਨਾਂ ਦੇ ਜਿਹੜੇ ਅੰਡਰ ਆਉਂਦੇ ਸੀਗੇ, ਇਹ ਜਿਹੜੇ ਉਹਨਾਂ ਨੂੰ ਆਪਾਂ ਇਹ ਅੰਡਰ ਆਉਂਦੇ ਸੀਗੇ, ਅਮਾਤਿਆ ਐਂਡ ਮਹਾਮਾਤਿਆਸ ਦੇ ਅੰਡਰ, ਠੀਕ ਹੈ ਜੀ। ਅਮਾਤਿਆਸ ਐਂਡ ਮਹਾਮਾਤਿਆ ਦੇ ਇਹ ਅੰਡਰ ਆਉਂਦੇ ਸੀਗੇ, ਜਿਹੜੇ ਇਹਨਾਂ ਦੇ ਜ਼ਿਲ੍ਹੇ ਵਗੈਰਾ ਹੁੰਦੇ ਸੀਗੇ। ਐਂਡ ਇਹਨਾਂ ਦੇ ਜਿਹੜੇ ਰੂਰਲ ਏਰੀਆਜ਼ ਹੁੰਦੇ ਸੀ, ਜਿਹੜੇ ਕਿ ਇਹਨਾਂ ਦੇ ਪੇਂਡੂ ਖੇਤਰ ਹੁੰਦੇ ਸੀ, ਉਹਨਾਂ ਨੂੰ ਗੌਲ ਮਿਕਾਜ਼ ਨਾਮ ਦੇ ਜਿਹੜੇ ਉਹ ਹੁੰਦੇ ਸੀਗੇ ਅਧਿਕਾਰੀ, ਉਹਨਾਂ ਦੁਆਰਾ ਇਹਨਾਂ ਨੂੰ ਸਾਂਭਿਆ ਜਾਂਦਾ ਸੀਗਾ, ਜਿਹੜੇ ਇੱਥੇ ਰੂਰਲ ਖੇਤਰ ਹੁੰਦੇ ਸੀਗੇ। ਹੁਣ ਆਪਾਂ ਗੱਲ ਕਰਾਂਗੇ ਇਕਨੋਮਿਕ ਕੰਡੀਸ਼ਨ ਦੀ, ਉੱਥੇ ਦੇ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਸੀਗੀ। ਸਾਤਵਾਹਨ ਲੇਡ ਰੋਡਸ ਟੂ ਕਨੈਕਟ ਦ ਟਾਊਨ ਐਂਡ ਵਿਲੇਜਸ, ਭਾਵ ਇਹ ਕਿ ਜਿਹੜੇ ਸਾਤਵਾਹਨ ਸੀਗੇ, ਇਹ ਲਾਈਨ ਪੜ੍ਹ ਕੇ ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ ਉਹਨਾਂ ਨੇ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਹਦਾ ਵਿਕਾਸ ਕੀਤਾ। ਉਹਦੇ ਨਾਲ ਨਾਲ ਜੇਕਰ ਸੜਕਾਂ ਦਾ ਜਿਹੜਾ ਵਿਕਾਸ ਹੈਗਾ ਉਹ ਹੋਊਗਾ, ਅਤੇ ਓਬਵੀਅਸ ਜੀ ਗੱਲ ਹੈ ਉੱਥੇ ਦੇ ਜਿਹੜੇ ਕਸਬੇ ਹੋਣਗੇ, ਜਿਹੜੇ ਪਿੰਡ ਹੋਣਗੇ, ਉਹਨਾਂ ਦਾ ਵੀ ਵਿਕਾਸ ਤੁਹਾਨੂੰ ਵੇਖਣ ਨੂੰ ਮਿਲੇਗਾ। ਉਹਨਾਂ ਨੇ ਹੋਰ ਕੀ ਪ੍ਰਮੋਟ ਕੀਤਾ? ਉਹਨਾਂ ਨੇ ਇਨਕਰੇਜ ਕੀਤਾ ਕਿ ਜਿਹੜਾ ਇੰਟਰਨਲ, ਜਿਹੜਾ ਕਿ ਆਪਣੇ ਕਿਸੇ ਜਗ੍ਹਾ ਦੇ ਵਿੱਚ, ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ ਵਪਾਰ ਹੋ ਰਿਹਾ ਉਹ ਦੂਸਰੇ ਦੇਸ਼ਾਂ ਨਾਲ ਵੀ ਕੀਤਾ ਜਾਵੇ। ਇਹਨਾਂ ਨੇ ਕੁਝ ਪੋਰਟਸ ਵੀ ਡਿਵੈਲਪ ਕੀਤੇ ਸੀਗੇ, ਪੋਰਟਸ ਜਿਹਨੂੰ ਆਪਾਂ ਬੰਦਰਗਾਹ ਕਹਿ ਦਿੰਦੇ ਹਾਂ। ਜਿਹੜੇ ਬੰਦਰਗਾਹ ਹੁੰਦੇ ਸੀਗੇ ਕੁਝ ਵੈਸਟਰਨ ਕੋਸਟ 'ਤੇ ਹੁੰਦੇ ਸੀਗੇ, ਕੁਝ ਈਸਟਰਨ ਕੋਸਟ 'ਤੇ ਹੁੰਦੇ ਸੀਗੇ ਇਹਨਾਂ ਦੇ ਕਿੰਗਡਮ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ। ਅਤੇ ਇਹ ਜਿਹੜੇ ਪੋਰਟ ਬਣੇ ਸੀ, ਜਿਹੜੇ ਬੰਦਰਗਾਹ ਸੀਗੇ, ਇਹ ਸੈਂਟਰ ਬਣ ਗਏ ਸੀਗੇ ਫੋਰਨ ਟ੍ਰੇਡ ਦਾ। ਜਿਵੇਂ ਕਿ ਜਿਹੜੇ ਵਪਾਰ ਹੁੰਦੇ ਸੀਗੇ, ਵਿਦੇਸ਼ੀ ਜਿਹੜਾ ਵਪਾਰ ਹੁੰਦਾ ਸੀਗਾ, ਜਿਵੇਂ ਕੰਟਰੀ ਲਾਈਕ ਅਰੇਬੀਆ, ਅਰੇਬੀਆ ਜਿਹੜਾ ਦੇਸ਼ ਹੈਗਾ ਜੀ, ਇਰਾਨ ਹੋ ਗਿਆ, ਇਜ਼ਿਪਟ ਹੋ ਗਿਆ, ਬੁਰਮਾ ਹੋ ਗਿਆ ਜਿਹਨੂੰ ਮਿਆਂਮਾਰ ਦਾ ਨਾਮ ਦਿੰਦੇ ਹਾਂ, ਮਲਾਇਆ ਹੋ ਗਿਆ। ਸੋ ਇੱਥੇ ਇਹਨਾਂ ਦਾ ਜਿਹੜਾ ਵਪਾਰ ਸੀਗਾ, ਇਹ ਵਾਲੇ ਦੇਸ਼ਾਂ ਤੋਂ ਇਹਨਾਂ ਦਾ ਜਿਹੜਾ ਵਪਾਰ ਹੈਗਾ ਉਹ ਕੀਤਾ ਜਾਂਦਾ ਸੀਗਾ। ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਪਾਰ ਦੇ ਰੂਪ ਵਿੱਚ ਕੀਤੀਆਂ ਜਾਂਦੀਆਂ ਸੀਗੀਆਂ? ਜਿਹਦੇ ਵਿੱਚ ਮੇਨਲੀ ਹੋ ਗਈ ਸ਼ਰਾਬ, ਵਾਈਨ ਕਹਿ ਦਿੰਦੇ ਹਾਂ, ਕਾਪਰ ਹੋ ਗਿਆ ਜੀ, ਤਾਂਬਾ, ਟਿਨ ਹੋ ਗਿਆ, ਗਲਾਸ, ਪ੍ਰੀਸ਼ੀਅਸ ਜਿਹੜੇ ਮਹਿੰਗੇ ਮਹਿੰਗੇ ਜਿਹੜੇ ਪੱਤਰ ਹੁੰਦੇ ਨੇ, ਇਹਨਾਂ ਦਾ ਜਿਹੜਾ ਮੇਨਲੀ ਜਿਹੜਾ ਵਪਾਰ ਹੈਗਾ ਜੀ ਉਹ ਕੀਤਾ ਜਾਂਦਾ ਸੀਗਾ। ਅਤੇ ਇਹ ਸਾਰੀਆਂ ਚੀਜ਼ਾਂ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਵਿੱਚ ਮੰਗਾਈਆਂ ਜਾਂਦੀਆਂ ਸੀਗੀਆਂ। ਅਤੇ ਜੋ ਕੁਝ ਆਪਾਂ ਬਾਹਰ ਭੇਜਦੇ ਸੀਗੇ ਆਪਣੇ ਦੇਸ਼ ਵਿੱਚੋਂ, ਉਹਦੇ ਬਦਲੇ ਆਪਾਂ ਨੂੰ ਸੋਨੇ ਅਤੇ ਚਾਂਦੀ ਦੇ ਸਿੱਕੇ ਸਾਨੂੰ ਮਿਲਦੇ ਹੁੰਦੇ ਸੀਗੇ। ਇਹ ਆਪਾਂ ਗੱਲ ਕਰ ਲਈ ਸੀਗੀ ਮੇਨ ਜਿਹੜੇ ਕਿ ਆਪਣੀ ਇਕਨੋਮਿਕ ਕੰਡੀਸ਼ਨ ਸੀਗੀ ਉਹਦੀ। ਹੁਣ ਜੇਕਰ ਆਪਾਂ ਗੱਲ ਕਰੀਏ ਉਸ ਟਾਈਮ ਦੇ ਵਿੱਚ ਕਿਹੜੇ ਧਰਮ ਨੂੰ ਮੰਨਿਆ ਜਾਂਦਾ ਸੀਗਾ, ਜੇਕਰ ਆਪਾਂ ਸਾਤਵਾਹਨ ਡੈਂਸਿਟੀ ਦੀ ਆਪਾਂ ਗੱਲ ਕਰਦੇ ਹਾਂ, ਉਸ ਟਾਈਮ ਦੇ ਵਿੱਚ ਜਿਹੜੇ ਉਸ ਟਾਈਮ ਦੇ ਜਿਹੜੇ ਰੂਲਰ ਹੋਇਆ ਕਰਦੇ ਸੀ ਉਹ ਮੇਨਲੀ
ਹਿੰਦੂਇਜ਼ਮ ਨੂੰ ਭਾਵ ਕਿ ਹਿੰਦੂਇਜ਼ਮ ਜਿਹੜਾ ਰਿਲੀਜਨ ਹੈਗਾ ਇਸ ਰਿਲੀਜਨ ਨੂੰ ਹੀ ਫੋਲੋ ਕਰਦੇ ਹੁੰਦੇ ਸੀਗੇ ਅਤੇ ਇਹਦੇ ਵਿੱਚ ਵੀ ਜਿਹੜੇ ਦੇਵੀ ਦੇਵਤਾ ਹੈਗੇ ਨੇ ਕਿਹੜੇ ਦੇਵੀ ਦੇਵਤਾ ਜੀ ਜਿਵੇਂ ਕਿ ਮੇਨਲੀ ਹੋ ਗਏ ਵਿਸ਼ਨੂੰ ਭਗਵਾਨ ਐਂਡ ਸ਼ਿਵ ਭਗਵਾਨ ਦੀ ਜਿਹੜੀ ਪੂਜਾ ਹੈਗੀ ਆ ਉਹ ਕੀਤੀ ਜਾਂਦੀ ਸੀਗੀ ਅਤੇ ਕੁਝ ਜਿਹੜੇ ਵਪਾਰੀ ਜਿਹੜੇ ਵਰਕ ਹੁੰਦੇ ਸੀਗੇ ਜਿਹੜੇ ਵਪਾਰ ਵਗੈਰਾ ਜਿਹੜੇ ਲੋਕ ਕਰਦੇ ਹੁੰਦੇ ਸੀਗੇ ਇਸ ਟਾਈਮ ਦੇ ਵਿੱਚ ਉਹ ਮੇਨਲੀ ਫੋਲੋਵਰ ਹੁੰਦੇ ਸੀਗੇ ਬੁੱਧਿਜ਼ਮ ਦੇ ਬੁੱਧਿਜ਼ਮ ਤੋਂ ਭਾਵ ਇਹ ਹੈ ਕਿ ਉਹ ਬੁੱਧ ਜਿਹੜਾ ਧਰਮ ਹੈਗਾ ਸੀ ਉਹਨੂੰ ਕਾਫੀ ਜ਼ਿਆਦਾ ਇਹ ਫੋਲੋ ਕਰਦੇ ਹੁੰਦੇ ਸੀਗੇ ਜੇਕਰ ਆਪਾਂ ਆਰਟ ਐਂਡ ਆਰਕੀਟੈਕਚਰ ਦੀ ਗੱਲ ਕਰਦੇ ਹਾਂ ਕਿ ਉੱਥੇ ਜੋ ਵੀ ਤੁਹਾਨੂੰ ਆਰਟ ਵੇਖਣ ਨੂੰ ਮਿਲਦਾ ਹੈ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਹੈਗੀਆਂ ਇਹਨਾਂ ਨੇ ਆਰਟ ਦੇ ਫੀਲਡ ਦੇ ਵਿੱਚ ਇਹੋ ਜਿਹਾ ਕੀ ਕੁਝ ਕੀਤਾ ਸੀਗਾ ਇਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਜਿਹਦੇ ਵਿੱਚ ਮੇਨਲੀ ਆਪਾਂ ਕਲਾ ਅਤੇ ਆਰਕੀਟੈਕਚਰ ਨੂੰ ਆਪਾਂ ਭਵਨ ਨਿਰਮਾਣ ਕਲਾ ਕਹਿ ਦਿੰਦੇ ਹਾਂ ਸਾਤਵਾਹਨ ਜਿਹੜਾ ਵੰਸ਼ ਸੀਗਾ ਇਹਨਾਂ ਨੇ ਮਤਲਬ ਇਸ ਫੀਲਡ ਦੇ ਵਿੱਚ ਇਸ ਭਵਨ ਨਿਰਮਾਣ ਕਲਾ ਦੇ ਵਿੱਚ ਕਾਫੀ ਜ਼ਿਆਦਾ ਕੰਮ ਕੀਤਾ ਸੀਗਾ ਜਿਵੇਂ ਕਿ ਜਿਹੜੇ ਕੇਵ ਟੈਂਪਲਸ ਹੁੰਦੇ ਨੇ ਕੇਵ ਕੀ ਹੁੰਦੀਆਂ ਨੇ ਜੀ ਕੇਵ ਹੁੰਦੀਆਂ ਨੇ ਗੁਫਾਵਾਂ ਗੁਫਾਵਾਂ ਵਾਲੇ ਜਿਹੜੇ ਮੰਦਰ ਹੁੰਦੇ ਨੇ ਵੈਸਟਰਨ ਡੈਕਨ ਦੇ ਵਿੱਚ ਇਹ ਤੁਹਾਨੂੰ ਕਾਫੀ ਜ਼ਿਆਦਾ ਵੇਖਣ ਨੂੰ ਮਿਲਦੇ ਸੀਗੇ ਚੈਤਿਆ ਅਤੇ ਭਜ ਨਾਮ ਦੀ ਜਿਹੜੀ ਇੱਕ ਕਹਿ ਸਕਦੇ ਹਾਂ ਹਾਲ ਹੈਗੇ ਆ ਇਹ ਮਤਲਬ ਚੈਤੇ ਨਾਮ ਦੀ ਜਿਹੜੀ ਇੱਕ ਜਗ੍ਹਾ ਹੈਗੀ ਆ ਕਰਲੇ ਦੇ ਵਿੱਚ ਜਿਹੜੀ ਕਿ ਪੁਣੇ ਦੇ ਨੇੜੇ ਹੈਗੀ ਆ ਇਹ ਕਾਫੀ ਜ਼ਿਆਦਾ ਫੇਮਸ ਮੰਨੀ ਜਾਂਦੀ ਹੈ ਚੈਤਿਆ ਇੱਥੇ ਦੱਸਿਆ ਵੀ ਹੋਇਆ ਜਿਹੜਾ ਚੈਤਿਆ ਹੈਗਾ ਇਹ ਪ੍ਰੇਅਰਸ ਆਫ ਮੀਟਿੰਗ ਹਾਲ ਆਫ ਬੁੱਧਿਸਟ ਮੌਂਕ ਭਾਵ ਇਹ ਕਿ ਇੱਥੇ ਜਿਹੜੇ ਬੁੱਧਿਸਟ ਮੌਂਕ ਹੁੰਦੇ ਸੀਗੇ ਜਿਹੜੇ ਭਿਕਸ਼ੂ ਹੁੰਦੇ ਸੀਗੇ ਇੱਥੇ ਕੀ ਕਰਦੇ ਸੀਗੇ ਇੱਥੇ ਇਹ ਕੀ ਕਰਦੇ ਸੀ ਪ੍ਰੇਅਰ ਕਰਦੇ ਸੀਗੇ ਜਾਂ ਫਿਰ ਇਹ ਮੀਟਿੰਗ ਵਗੈਰਾ ਇੱਥੇ ਕਰਦੇ ਹੁੰਦੇ ਸੀ ਐਂਡ ਇਹਨਾਂ ਨੇ ਕੁਝ ਵਿਹਾਰ ਜਿਹੜੇ ਹੁੰਦੇ ਨੇ ਜਿਹੜੇ ਕਿ ਹਾਲ ਟਾਈਪ ਹੁੰਦਾ ਹੈਗਾ ਜੀ ਇਹ ਇੱਥੇ ਇਹ ਵੀ ਬਣਾਏ ਗਏ ਸੀ ਜਿਵੇਂ ਕਿ ਕਿਹਨਾਂ ਨੇ ਚੈਤਿਆ ਦੀ ਇੱਕ ਹਾਲ ਦੀ ਇੱਕ ਫੋਟੋ ਵੀ ਵਿਖਾਈ ਹੋਈ ਆ ਆਹ ਤੁਸੀਂ ਵੇਖ ਸਕਦੇ ਹੋ ਸਾਤਵਾਹਨ ਨੇ ਕਾਫੀ ਸਾਰੇ ਜਿਹੜੇ ਸਤੂਪ ਹੁੰਦੇ ਨੇ ਸਤੂਪਾਸ ਹੁੰਦੇ ਨੇ ਇਹ ਵੀ ਇਹਨਾਂ ਵੱਲੋਂ ਬਣਾਏ ਗਏ ਸੀ ਅਤੇ ਇੱਥੇ ਇਹ ਵੀ ਵਿਖਾਇਆ ਗਿਆ ਕਿ ਵੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਸਤੂਪ ਸੀਗੇ ਇਹਨਾਂ ਵੱਲੋਂ ਬਣਾਏ ਗਏ ਸੀ ਅਤੇ ਇਹਦੇ ਵਿੱਚ ਜਿਹੜੇ ਬੁੱਧਾ ਦੀ ਜਿਹੜੀ ਜ਼ਿੰਦਗੀ ਹੈਗੀ ਆ ਗੌਤਮ ਬੁੱਧਾ ਦੀ ਜਾਂ ਫਿਰ ਇਹਨਾਂ ਦੇ ਧਰਮ ਦੀ ਜਿਹੜੀ ਜ਼ਿੰਦਗੀ ਹੈਗੀ ਆ ਜਾਂ ਫਿਰ ਧਰਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਆਪਾਂ ਨੂੰ ਪਤਾ ਲੱਗਦਾ ਹੈਗਾ ਕੁਝ ਸਤੂਪਾ ਪਹਿਲਾਂ ਘੰਟਸ਼ਾਲਾ ਨਾਮ ਦੀ ਜਗ੍ਹਾ ਦੇ ਵਿੱਚ ਅਤੇ ਨਾਗਾਰਜੁਨਾ ਕੌਂਡਾ ਨਾਮ ਦੀ ਜਗ੍ਹਾ 'ਤੇ ਵੀ ਇੱਥੇ ਬਣਾਏ ਗਏ ਸੀ ਬਟ ਚਲੋ ਅੱਜ ਦੇ ਟਾਈਮ ਦੇ ਵਿੱਚ ਇਹ ਤੁਹਾਨੂੰ ਇੰਨੇ ਇੱਥੇ ਨਹੀਂ ਵੇਖਣ ਨੂੰ ਮਿਲਦੇ ਕਿਉਂਕਿ ਸ਼ਾਇਦ ਕਿਤੇ ਤਬਾਹ ਵਗੈਰਾ ਹੋ ਗਏ ਹੋਣੇ ਆ ਜਿਹੜੇ ਕਿ ਗੋਦਾਵਰੀ ਡੈਲਟਾ ਦੇ ਨੇੜੇ ਹੈਗੇ ਆ ਜੀ ਇਹ ਤੁਹਾਨੂੰ ਘੰਟਸ਼ਾਲਾ ਅਤੇ ਨਾਗਾਰਜੁਨਾ ਕੌਂਡਾ ਨਾਮ ਦੇ ਜਿਹੜੇ ਹੈਗੇ ਆ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਆ ਬਟ ਇਹ ਅੱਜ ਦੇ ਟਾਈਮ ਵਿੱਚ ਇੱਥੇ ਨਹੀਂ ਹੈਗੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੈਗਾਲਿਥਿਕ ਕਲਚਰ ਆਫ ਡੈਕਨ ਐਂਡ ਸਾਊਥ ਇੰਡੀਆ ਜਿਹਨੂੰ ਆਪਾਂ ਮਹਾਂਪਾਸ਼ਾਣ ਕਲਚਰ ਕਹਿ ਸਕਦੇ ਹਾਂ ਡੈਕਨ ਦਾ ਅਤੇ ਸਾਊਥ ਇੰਡੀਆ ਦਾ ਜੇਕਰ ਆਪਾਂ ਇਸ ਟਾਈਮ ਦੀ ਗੱਲ ਕਰਦੇ ਹਾਂ ਤਾਂ ਇਸ ਟਾਈਮ ਦੇ ਵਿੱਚ ਜਿਹੜੀ ਲੋਹੇ ਦੀ ਜਿਹੜੀ ਖੋਜ ਹੈਗੀ ਹੈ ਉਹ ਸੈਕਿੰਡ ਮਿਲੇਨੀਅਮ ਬੀ ਸੀ ਦੇ ਵਿੱਚ ਕੀਤੀ ਜਾ ਚੁੱਕੀ ਸੀਗੀ ਜਿਸ ਦੇ ਨਾਲ ਕੀ ਹੋਇਆ ਕਿ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਡਿਵਲਪਮੈਂਟਸ ਹੈਗੀਆਂ ਜੀ ਇਸ ਸੱਭਿਅਤਾ ਵਿੱਚ ਉਹ ਤੁਹਾਨੂੰ ਵੇਖਣ ਨੂੰ ਮਿਲਦੀਆਂ ਹੈਗੀਆਂ ਕਿਉਂਕਿ ਜਿਹੜਾ ਲੋਹਾ ਹੈ ਜਿਹੜਾ ਆਇਰਨ ਹੈ ਉਹ ਕੀ ਹੈ ਹਾਰਡਰ ਹੈ ਉਹ ਬਹੁਤ ਹੀ ਜ਼ਿਆਦਾ ਸਖਤ ਅਤੇ ਮਜ਼ਬੂਤ ਹੈਗਾ ਕਾਹਦੇ ਨਾਲ ਜੀ ਕਾਪਰ ਐਂਡ ਬ੍ਰੌਂਜ਼ ਨਾਲ ਕਾਂਸੇ ਨਾਲ ਅਤੇ ਤਾਂਬੇ ਨਾਲ ਜਿਹੜੀ ਕਿ ਜਿਹੜੀ ਮੈਟਲ ਹੈਗੀ ਆ ਇਹਨੂੰ ਆਪਾਂ ਬਹੁਤ ਸਾਰੇ ਕੰਮਾਂ ਦੇ ਵਿੱਚ ਇਹਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਹਾਂ ਕੁਝ ਐਗਜ਼ਾਮਪਲਸ ਵੀ ਆਪਾਂ ਵੇਖ ਲੈਂਦੇ ਹਾਂ ਜਿਵੇਂ ਕਿ ਬਹੁਤ ਸਾਰੇ ਜਿਹੜੇ ਹਥਿਆਰ ਹੁੰਦੇ ਨੇ ਹਥਿਆਰ ਹੁੰਦੇ ਨੇ ਇਸ ਦੇ ਨਾਲ ਜਿਹੜੇ ਖੇਤੀਬਾੜੀ ਵਾਲੇ ਜਿਹੜੇ ਹੱਲ ਵਗੈਰਾ ਹੁੰਦੇ ਨੇ ਉਹ ਇਹਦੇ ਨਾਲ ਬਣਾਏ ਜਾ ਸਕਦੇ ਆ ਐਂਡ ਇਸ ਦੇ ਨਾਲ ਜਿਹੜੇ ਭਾਂਡੇ ਵਗੈਰਾ ਹੁੰਦੇ ਨੇ ਇਹ ਵੀ ਇਸ ਲੋਹੇ ਦੀ ਵਰਤੋਂ ਨਾਲ ਬਣਾਏ ਜਾ ਸਕਦੇ ਆ ਅਤੇ ਇਸ ਟਾਈਮ ਦੇ ਵਿੱਚ ਜਿਹੜੀ ਲੋਹੇ ਦੀ ਜਿਹੜੀ ਵਰਤੋਂ ਹੈਗੀ ਆ ਘੱਟੋ ਘੱਟ ਕਹਿ ਸਕਦੇ ਹਾਂ ਕਿ 1200 ਬੀ ਸੀ ਦੇ ਵਿੱਚ 1200 ਦੇ ਬੀ ਸੀ ਦੇ ਆਸੇ ਪਾਸੇ ਲਗਭਗ ਲੋਹੇ ਦੀ ਜਿਹੜੀ ਵਰਤੋਂ ਹੈਗੀ ਆ ਉਹ ਕੀਤੀ ਜਾਣ ਲੱਗ ਕੀਤੀ ਜਾ ਚੁੱਕੀ ਸੀਗੀ ਮਤਲਬ ਕਰ ਰਹੇ ਸੀਗੇ ਉਸ ਟਾਈਮ ਦੇ ਵਿੱਚ ਲੋਕ 1200 ਬੀ ਸੀ ਦੇ ਵਿੱਚ 1200 ਬੀ ਸੀ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਮੇਨਲੀ ਆਇਰਨ ਦੀ ਜਿਹੜੀ ਵਰਤੋਂ ਹੈਗੀ ਆ ਉਹ ਕਰ ਰਹੇ ਸੀਗੇ ਅਤੇ ਜਿਹੜੇ ਲੋਕ ਇਹਦੀ ਵਰਤੋਂ ਕਰ ਰਹੇ ਸੀਗੇ ਆਪਾਂ ਉਹਨਾਂ ਨੂੰ ਮੈਗਾਲਿਥ ਬਿਲਡਰਸ ਕਹਿੰਦੇ ਸੀ ਮੈਗਾਲਿਥ ਬਿਲਡਰ ਆਪਾਂ ਉਹਨਾਂ ਨੂੰ ਕਿਉਂ ਕਹਿੰਦੇ ਸੀਗੇ ਕਿਉਂਕਿ ਜਿਹੜੇ ਮਰ ਜਾਂਦੇ ਸੀਗੇ ਲੋਕ ਉਹਨਾਂ ਨੂੰ ਜਿਹੜਾ ਦਫਨਾਉਣ ਦਾ ਜਿਹੜਾ ਕੰਮ ਹੈ ਇਹ ਉਹਨਾਂ ਦੁਆਰਾ ਕੀਤਾ ਜਾਂਦਾ ਸੀ ਅਤੇ ਮੈਗਾਲਿਥ ਬਾਰੇ ਤੁਸੀਂ ਪਹਿਲਾਂ ਵੀ ਸੁਣਿਆ ਹੋਊਗਾ ਮੈਗਾਲਿਥ ਦੇ ਵਿੱਚ ਮੇਨਲੀ ਜਿਹੜੇ ਲੋਕ ਮਰ ਜਾਂਦੇ ਸੀਗੇ ਉਹਨਾਂ ਨੂੰ ਦਫਨਾ ਦਿਆ ਜਾਂਦਾ ਸੀਗਾ ਅਤੇ ਵੱਡੇ ਵੱਡੇ ਜਿਹੜੇ ਪੱਥਰ ਹੁੰਦੇ ਸੀਗੇ ਉਹਨਾਂ ਦੇ ਸਿਰ 'ਤੇ ਜਾਂ ਫਿਰ ਕਹਿ ਲਓ ਉਹਨਾਂ ਦੀ ਜਿਹੜੀ ਕਬਰ ਟਾਈਪ ਜਿਹੜੀ ਹੁੰਦੀ ਸੀਗੀ ਉੱਥੇ ਲਗਾ ਦਿੱਤਾ ਜਾਂਦਾ ਸੀ ਮਤਲਬ ਉਹਨਾਂ ਦੀ ਪੂਰੀ ਕਲੋਜ਼ ਕਰ ਦਿੱਤਾ ਜਾਂਦਾ ਸੀਗਾ ਜਿੱਥੇ ਵੀ ਉਹ ਲੋਕ ਮਰ ਜਾਂਦੇ ਸੀਗੇ ਅਤੇ ਉਹਨਾਂ ਦੇ ਨਾਲ ਨਾ ਕਈ ਵਾਰ ਜਦੋਂ ਲੋਕ ਮਰ ਜਾਂਦੇ ਸੀਗੇ ਜਦੋਂ ਵੱਡੇ ਵੱਡੇ ਪੱਥਰ ਤਾਂ ਲਾਉਂਦੇ ਹੀ ਸੀ ਬਟ ਉਹਦੇ ਨਾਲ ਉਹ ਕੁਝ ਚੀਜ਼ਾਂ ਵੀ ਲਗਾ ਦਿੰਦੇ ਹੁੰਦੇ ਸੀਗੇ ਮੰਨ ਲਓ ਕਿ ਜੇ ਕੋਈ ਪਰਸਨ ਹੈਗਾ ਮਰ ਗਿਆ ਉਹਦੇ ਨਾਲ ਜੇ ਬੱਕਰੀ ਹੋਊਗੀ ਜਾਂ ਫਿਰ ਉਹਦੇ ਨਾਲ ਜਿਹੜੇ ਕੱਪੜੇ ਹੋਣੇ ਆ ਉਹਦੇ ਨਾਲ ਜਿਹੜੇ ਭਾਂਡੇ ਹੋਣੇ ਆ ਉਹਦੇ ਨਾਲ ਜਿਹੜੇ ਗਹਿਣੇ ਵਗੈਰਾ ਹੋਣੇ ਆ ਉਹ ਸਾਰਾ ਕੁਝ ਉਹਦੇ ਨਾਲ ਹੀ ਨੱਪ ਦਿੰਦੇ ਹੁੰਦੇ ਸੀਗੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਸੀਗਾ ਕਿ ਜੇਕਰ ਇਹ ਬੰਦਾ ਅਗਲੇ ਜਨਮ ਵਿੱਚ ਜਾਊਗਾ ਤਾਂ ਇਹਦੇ ਨਾਲ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ
ਇਹ ਵੀ ਅਗਲੇ ਜਨਮ ਦੇ ਵਿੱਚ ਇਹਦੇ ਨਾਲ ਮਿਲ ਜਾਣਗੀਆਂ। ਭਾਵ ਇਹ ਕਿ ਉਹ ਅਗਲੇ ਜਨਮ ਦੇ ਵਿੱਚ ਸ਼ਾਇਦ ਵਿਸ਼ਵਾਸ ਕਰਦੇ ਹੋਣੇ ਆ, ਆਪਾਂ ਤਾਂ ਇਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਾਂ ਵੀ ਉਹ ਜ਼ਰੂਰ ਵਿਸ਼ਵਾਸ ਕਰਦੇ ਹੋਣੇ ਆ, ਫਿਰ ਹੀ ਉਹ ਇਹੋ ਜਿਹਾ ਜਿਹੜਾ ਕੰਮ ਹੈਗਾ ਉਹਨਾਂ ਦੁਆਰਾ ਕੀਤਾ ਜਾਂਦਾ ਸੀ। ਐਂਡ ਮੈਗਾਲਿਥਿਕ ਜਿਹੜਾ ਪੀਰੀਅਡ ਹੈਗਾ, ਮਹਾਪਾਸ਼ਾਣ ਜਿਹੜਾ ਕਾਲ ਹੈ, ਇਹਦੇ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਦਾ ਹੈਗਾ? ਕੁਝ ਜਿਹੜੀਆਂ ਥਾਵਾਂ ਨੇ ਜਿੱਥੋਂ ਆਪਾਂ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਦਾ, ਜਿਵੇਂ ਕਿ ਇਨਾਮ ਗਾਓਂ ਨਾਮ ਦੀ ਇੱਕ ਜਗ੍ਹਾ ਹੈਗੀ ਆ। ਇਨਾਮ ਗਾਓਂ ਦੇ ਵਿੱਚ ਇੱਕ ਤਕਲਾ ਘਾਟ ਨਾਮ ਦੀ ਜਗ੍ਹਾ ਹੈਗੀ ਆ, ਇੱਕ ਮਹੁਰਝਰੀ ਨਾਮ ਦੀ ਜਗ੍ਹਾ ਹੈ ਜੀ, ਜਿਹਦੇ ਵਿੱਚ ਜਿਹੜੀ ਕਿ ਮਹਾਰਾਸ਼ਟਰ ਦੇ ਵਿੱਚ ਹੈ, ਐਂਡ ਮਸਕੀ। ਇਹ ਕੁਝ ਥਾਵਾਂ ਨੇ, ਕੋਪਬਾਲ, ਬ੍ਰਹਮਗਿਰੀ ਜਿਹੜੀ ਕਿ ਤੁਹਾਨੂੰ ਸਾਊਥ ਇੰਡੀਆ ਵਿੱਚ ਵੇਖਣ ਨੂੰ ਮਿਲਦੀ ਹੈ। ਇੱਥੇ ਇਹਨਾਂ ਥਾਵਾਂ 'ਤੇ ਹੀ ਆਪਾਂ ਨੂੰ ਜਿਹੜੇ ਕੁਝ ਆਪਾਂ ਨੂੰ ਕੁਝ ਰਿਮੇਨਸ ਹੁੰਦੇ ਨੇ ਉਹ ਆਪਾਂ ਨੂੰ ਇੱਥੋਂ ਹੀ ਵੇਖਣ ਨੂੰ ਮਿਲੇ ਆ। ਐਂਡ ਅੱਗੇ ਤੁਹਾਨੂੰ ਕੁਝ ਫੋਟੋਜ਼ ਵਿਖ ਰਹੀਆਂ ਨੇ ਜਿਹੜੇ ਕਿ ਹਥਿਆਰ ਬਣਾਏ ਗਏ ਆ। ਸੋ ਇਹ ਕੁਝ ਆਪਾਂ ਨੂੰ ਵੇਖ ਕੇ ਤਾਂ ਇਹੀ ਪਤਾ ਲੱਗਦਾ ਕਿ ਉੱਥੇ ਦੇ ਜਿਹੜੇ ਲੋਕ ਸੀਗੇ ਹਥਿਆਰ ਤਾਂ ਉਹਨਾਂ ਨੇ ਬਣਾ ਹੀ ਲਏ ਸੀ, ਐਂਡ ਇਹਨਾਂ ਹਥਿਆਰਾਂ ਨਾਲ ਉਹ ਖੇਤੀਬਾੜੀ ਕਰਦੇ ਸੀ। ਖੇਤੀਬਾੜੀ ਦੇ ਨਾਲ ਉਹ ਕੁਝ ਕੁਝ ਕਹਿ ਸਕਦੇ ਹਾਂ ਕਿ ਹੰਟਿੰਗ ਵੀ ਕਰਦੇ ਸੀਗੇ, ਸ਼ਿਕਾਰ ਦਾ ਜਿਹੜਾ ਕੰਮ ਹੈਗਾ ਉਹ ਵੀ ਇਹਨਾਂ ਦੁਆਰਾ ਕੀਤਾ ਜਾਂਦਾ ਸੀ। ਜੇਕਰ ਆਪਾਂ ਸਾਊਥ ਇੰਡੀਆ ਦੀ ਗੱਲ ਕਰਦੇ ਹਾਂ, ਸਾਊਥ ਇੰਡੀਆ ਦੇ ਵਿੱਚ ਮੇਨਲੀ ਜਿਹੜੇ ਤੁਹਾਨੂੰ ਚੋਲਾ ਚੇਰਾ ਪਾਂਡਿਆਸ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਇਹਨਾਂ ਬਾਰੇ ਵੀ ਆਪਾਂ ਨੂੰ ਕੁਝ ਨਾ ਕੁਝ ਵੇਖਣ ਨੂੰ ਮਿਲਦਾ ਹੈਗਾ। ਜੇਕਰ ਆਪਾਂ ਚੋਲਾਸ ਦੀ ਗੱਲ ਕਰਦੇ ਹਾਂ, ਚੋਲਾ ਮੰਡਲਾ ਜਿਹੜਾ ਕਿ ਤੁਹਾਨੂੰ ਕੋਰੂ ਮੰਡਲਾ ਕੋਸ ਦੇ ਲਾਗੇ ਵੇਖਣ ਨੂੰ ਇਹ ਜਗ੍ਹਾ ਵੇਖਣ ਨੂੰ ਮਿਲਦੀ ਹੈ, ਅਤੇ ਇਹ ਕਿਹਦਾ ਰਾਜ ਸੀਗਾ? ਇਹ ਕਹਿ ਸਕਦੇ ਹਾਂ ਇਹ ਜਿਹੜਾ ਰਾਜ ਸੀਗਾ ਇਹ ਚੋਲਾਸ ਦਾ ਰਾਜ ਸੀ, ਜਿਹੜਾ ਕਿ ਕਿੱਥੇ ਤੁਹਾਨੂੰ ਸਥਿਤ ਵੇਖਣ ਨੂੰ ਮਿਲਦਾ ਹੈ? ਕਾਵੇਰੀ ਦਾ ਜਿਹੜਾ ਡੈਲਟਾ ਹੈਗਾ ਉੱਥੇ ਹੀ ਤੁਹਾਨੂੰ ਇਹ ਜਿਹੜੀ ਜਗ੍ਹਾ ਹੈ ਇਹ ਵੇਖਣ ਨੂੰ ਮਿਲਦੀ ਹੈ। ਅਤੇ ਇਹਦੀ ਕੈਪੀਟਲ ਕੀ ਸੀਗੀ? ਇਹਦੀ ਕੈਪੀਟਲ ਹੁੰਦੀ ਸੀਗੀ ਉਰਿਆਰ। ਮਾਡਰਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ, ਉਸ ਜਗ੍ਹਾ ਦਾ ਨਾਮ ਹੈਗਾ ਤਿਰੂਚਿਰਾਪੱਲੀ। ਤਿਰੂਚਿਰਾਪੱਲੀ ਨਾਮ ਦੀ ਜਿਹੜੀ ਜਗ੍ਹਾ ਹੈਗੀ ਆ, ਜਿਹਦਾ ਪਹਿਲਾਂ ਕੀ ਨਾਮ ਸੀ? ਪਹਿਲਾਂ ਇਹਦਾ ਨਾਮ ਸੀਗਾ ਉਰਿਆਰ। ਇੱਕ ਇਹਨਾਂ ਦਾ ਬੜਾ ਹੀ ਫੇਮਸ ਰਾਜਾ ਹੁੰਦਾ ਸੀਗਾ ਜਿਹਦਾ ਨਾਮ ਸੀ ਕਰੀਕਾਲਾ। ਕਰੀਕਾਲ ਦਾ ਨਾਮ ਦਾ ਜਿਹੜਾ ਰਾਜਾ ਸੀਗਾ, ਇਹਨੇ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਸੀਗੀਆਂ ਆਪਦੇ ਨੇਬਰਿੰਗ ਦੇ ਵਿੱਚ, ਗੁਆਂਢੀਆਂ ਦੇ ਵਿੱਚ ਉਹ ਜਿੱਤੀਆਂ ਸੀਗੀਆਂ, ਚੇਰਾਸ ਅਤੇ ਪਾਂਡਿਆਸ ਦੀ ਜੇਕਰ ਆਪਾਂ ਗੱਲ ਕਰਦੇ ਹਾਂ। ਪਾਂਡਿਆਸ ਦੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ, ਪਾਂਡਿਆਸ ਜਿਹੜਾ ਸੀ, ਦ ਕੈਪੀਟਲ ਆਫ ਪਾਂਡਿਆ ਕਿੰਗਡਮ ਵਾਜ ਮਧੁਰਈ। ਇਹ ਜਿਹੜੀ ਪਾਂਡਿਆ ਇਹਦੀ ਸੀਗੀ, ਜਿਹੜਾ ਰਾਜ ਸੀਗਾ, ਜਿਹੜਾ ਜਿਹੜੀ ਕਿੰਗਡਮ ਸੀ ਇਹਦਾ, ਜਿਹੜਾ ਕਹਿ ਸਕਦੇ ਹਾਂ ਜਿਹੜੀ ਕੈਪੀਟਲ ਸੀ, ਰਾਜਧਾਨੀ ਸੀ, ਉਹ ਕੀ ਸੀ? ਮਧੁਰਈ ਨਾਮ ਦੀ ਜਿਹੜੀ ਜਗ੍ਹਾ ਸੀ ਇਹਦੀ ਕੈਪੀਟਲ ਬਣਾਈ ਗਈ ਸੀ। ਪਾਂਡਿਆ ਕੀ ਸੀਗਾ? ਐਂਡ ਪਾਂਡਿਆ ਰਾਜ ਆਪਣੇ ਮੋਤੀਆਂ ਦੇ ਵਪਾਰ ਕਰਕੇ ਜਾਣਿਆ ਜਾਂਦਾ ਸੀਗਾ। ਨੇਂਦੂ ਜਦਾਇਨ ਨਾਮ ਦਾ ਇੱਕ ਰਾਜਾ ਸੀਗਾ ਜਿਹੜਾ ਕਿ ਸ਼ਾਸਕ ਸੀ, ਇਹ ਕਾਫੀ ਜ਼ਿਆਦਾ ਪੋਪੂਲਰ ਹੁੰਦਾ ਸੀਗਾ ਇੱਥੇ, ਜੇਕਰ ਆਪਾਂ ਇੱਥੇ ਦੇ ਰਾਜੇ ਦੀ ਗੱਲ ਕਰਦੇ ਹਾਂ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਚੇਰਾਸ ਦੀ। ਚੇਰਾਸ ਜਿਹੜਾ ਕਿੰਗਡਮ ਸੀਗਾ ਇਹਨੂੰ ਆਪਾਂ ਕੇਰਲ ਪੁੱਤਰ ਵੀ ਕਹਿੰਦੇ ਹਾਂ। ਕੇਰਲ ਪੁੱਤਰ ਦੇ ਨਾਲ ਇੱਥੇ ਤੁਹਾਨੂੰ ਇੱਕ ਨਹਿਰੋ ਜਿਹੜੀ ਸਟ੍ਰਿਪ ਹੈਗੀ ਆ ਜਿਹੜੀ ਕਿ ਜੋੜਦੀ ਸੀਗੀ ਸੀ ਐਂਡ ਵੈਸਟਰਨ ਘਾਟ ਨੂੰ, ਉਹ ਤੁਹਾਨੂੰ ਵੇਖਣ ਨੂੰ ਮਿਲਦੀ ਆ। ਇਹਦੇ ਵਿੱਚ ਜਿਹੜਾ ਤੁਹਾਨੂੰ ਥਾਵਾਂ ਵੇਖਣ ਨੂੰ ਮਿਲਦੀਆਂ ਨੇ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ ਇਨਕਲੂਡ ਹੁੰਦੀਆਂ ਨੇ? ਮਾਲਾਬਾਰ, ਕੋਚੀਨ, ਮਾਡਰਨ ਤ੍ਰਾਵਣਕੋਰ, ਮਾਡਰਨ ਤ੍ਰਾਵਣਕੋਰ, ਐਂਡ ਇਹਦੀ ਜਿਹੜੀ ਕੈਪੀਟਲ ਸੀਗੀ ਉਹ ਵੰਜੀ ਹੁੰਦੀ ਸੀਗੀ। ਨੈਂਦੂ ਜਰਾਲ ਅਦਾਨ ਸੈਨ ਗੁਤਾਵਾਂ ਨਾਮ ਦੇ ਜਿਹੜੇ ਦੋ ਰਾਜਾ ਤੁਹਾਨੂੰ ਜਿਹੜੇ ਸ਼ਾਸਕ ਨੇ ਇਹ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੇ ਸੀਗੇ। ਐਂਡ ਆਪਾਂ ਨੂੰ ਇਹਨਾਂ ਬਾਰੇ ਪੜ੍ਹ ਕੇ ਇਹ ਵੀ ਪਤਾ ਲੱਗਦਾ ਕਿ ਇਹਨਾਂ ਦੇ ਰੋਮ ਅਤੇ ਮਿਸ਼ਰ ਨਾਲ, ਰੋਮ ਅਤੇ ਇਜਿਪਟ ਨਾਲ ਇਹਨਾਂ ਦੇ ਜਿਹੜੇ ਕਾਫੀ ਸੰਬੰਧ ਨੇ ਪਹਿਲੀ ਸ਼ਤਾਬਦੀ ਦੇ ਵਿੱਚ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਇਹਨਾਂ ਦੇ ਵਪਾਰ ਦੀ। ਇਹ ਜਿਹੜੇ ਤਿੰਨੇ ਕਿੰਗਡਮ ਹੁੰਦੇ ਸੀਗੇ, ਜਿਹੜੇ ਤਿੰਨੇ ਰਾਜ ਹੁੰਦੇ ਸੀਗੇ, ਇਹ ਵਪਾਰ ਕਰਦੇ ਸੀ। ਕਿਹਨਾਂ ਨਾਲ ਵਪਾਰ ਕਰਦੇ ਸੀ? ਇਹ ਵਪਾਰ ਕਰਦੇ ਸੀ ਇਜਿਪਟ ਨਾਲ। ਇਜਿਪਟ ਨੂੰ ਤੁਸੀਂ ਪੰਜਾਬੀ ਵਿੱਚ ਮਿਸ਼ਰ ਕਹਿੰਦੇ ਹੋ, ਅਰੇਬੀਆ ਨਾਲ, ਐਂਡ ਰੋਮਨ ਸਾਮਰਾਜ ਨਾਲ ਇਹਨਾਂ ਦਾ ਜਿਹੜਾ ਵਪਾਰ ਸੀਗਾ ਇਹ ਕੀਤਾ ਜਾਂਦਾ ਸੀਗਾ। ਜੇਕਰ ਆਪਾਂ ਵੈਸਟ ਦੀ ਗੱਲ ਕਰਦੇ ਹਾਂ, ਜੇਕਰ ਆਪਾਂ ਈਸਟ ਦੀ ਗੱਲ ਕਰੀਏ, ਈਸਟ ਦੇ ਵਿੱਚ ਮਲਾਇਆ ਐਂਡ ਚਾਈਨਾ ਨਾਲ ਇਹਨਾਂ ਦਾ ਜਿਹੜਾ ਵਪਾਰ ਸੀ ਇਹ ਕੀਤਾ ਜਾਂਦਾ ਸੀਗਾ। ਐਂਡ ਜਿਹੜੇ ਤੁਹਾਨੂੰ ਮੇਨ ਟ੍ਰੇਡ ਸੈਂਟਰ ਵੇਖਣ ਨੂੰ ਮਿਲਦੇ ਸੀ, ਟੋਂਡੀ ਨਾਮ ਦੀ ਜਗ੍ਹਾ, ਮੁਜੇਰੇਸ ਨਾਮ ਦੀ ਜਗ੍ਹਾ, ਕਾਵੇਰੀ ਪਟਨਮ, ਅਰੀਕਾ ਮੇਡੂ, ਕਰਕਾਈ, ਇਹ ਕੁਝ ਤੁਹਾਨੂੰ ਟ੍ਰੇਡ ਸੈਂਟਰ ਵੇਖਣ ਨੂੰ ਮਿਲਦੇ ਸੀ ਜਿੱਥੇ ਇਹਨਾਂ ਦਾ ਜਿਹੜਾ ਮੇਨ ਵਪਾਰ ਸੀਗਾ ਉਹ ਕੀਤਾ ਜਾਂਦਾ ਸੀ। ਕੀ ਵਪਾਰ ਦੇ ਵਿੱਚ ਕੀਤਾ ਜਾਂਦਾ ਸੀਗਾ? ਜਿਵੇਂ ਕਿ ਸਪਾਈਸਿਸ, ਜਿਨ੍ਹਾਂ ਨੂੰ ਤੁਸੀਂ ਮਸਾਲੇ ਕਹਿੰਦੇ ਹੋ, ਕੁਝ ਪ੍ਰੀਸ਼ੀਅਸ ਜਿਹੜੇ ਸਟੋਨਸ ਹੁੰਦੇ ਨੇ, ਮਹਿੰਗੇ ਮਹਿੰਗੇ ਕੀਮਤੀ ਜਿਹੜੇ ਪੱਥਰ ਹੁੰਦੇ ਨੇ, ਕੁਝ ਜਿਹੜੇ ਹਾਥੀ ਦੰਦ ਹੁੰਦੇ ਨੇ, ਕੁਝ ਹੀਰੇ ਮੋਤੀ ਹੁੰਦੇ ਨੇ, ਪੇਲਸ ਆਪਾਂ ਮੋਤੀਆਂ ਨੂੰ ਕਹਿੰਦੇ ਹਾਂ, ਸਿਲਕ ਜਿਵੇਂ ਹੁੰਦੀ ਹੈ ਜੀ, ਸਿਲਕ ਦਾ ਇੱਥੇ ਵਪਾਰ ਕੀਤਾ ਜਾਂਦਾ ਸੀਗਾ। ਮੁਸਲਿਨ ਨਾਮ ਦਾ ਜਿਹੜਾ ਬੜਾ ਹੀ ਸਿਲਕੀ ਕੱਪੜਾ ਹੁੰਦਾ, ਫਾਈਨ ਜਿਹੜੀ ਕਿ ਕੋਟਨ ਹੁੰਦੀ ਹੈ, ਜਿਹੜੀ ਕਪਾਹ ਹੁੰਦੀ ਹੈ, ਕਪਾਹ ਦੇ ਜਿਹੜੇ ਕੱਪੜੇ ਬਣੇ ਹੁੰਦੇ ਨੇ ਬੜੇ ਹੀ ਵਧੀਆ ਵਧੀਆ,
ਇਹਨਾਂ ਚੀਜ਼ਾਂ ਦਾ ਜਿਹੜਾ ਮੇਨਲੀ ਵਪਾਰ ਸੀਗਾ ਉਹ ਕੀਤਾ ਜਾਂਦਾ ਸੀ। ਅਤੇ ਇਹਦੇ ਵਿੱਚ ਹੋਰ ਵੀ ਕੁਝ ਜਿਵੇਂ ਬਰਡਸ ਹੋ ਗਏ, ਜਿਹੜੇ ਪੰਛੀ ਹੋ ਗਏ, ਜਾਨਵਰ ਹੋ ਗਏ, ਮੋਰ ਹੋ ਗਏ, ਕੁਝ ਬਾਂਦਰ ਹੋ ਗਏ, ਇਹ ਸਾਰੀਆਂ ਚੀਜ਼ਾਂ ਉੱਥੇ ਦੂਜੇ ਦੇਸ਼ਾਂ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ, ਨਿਰਯਾਤ ਕੀਤੀਆਂ ਜਾਂਦੀਆਂ ਸੀਗੀਆਂ। ਅਤੇ ਜਿਹੜੇ ਰੋਮਨਸ ਹੁੰਦੇ ਸੀ ਉਹ ਭਾਰਤੀਆਂ ਵਸਤੂਆਂ ਨੂੰ ਸੋਨੇ ਨਾਲ ਖਰੀਦਦੇ ਹੁੰਦੇ ਸੀਗੇ। ਐਂਡ ਇਸ ਰੋਮਨ ਦੇ ਸੋਨੇ ਨੇ ਹੀ ਇਹਨਾਂ ਸਾਊਥ ਦੇ ਕਿੰਗਡਮਸ ਨੂੰ ਬੜਾ ਹੀ ਅਮੀਰ ਬਣਾ ਦਿੱਤਾ ਸੀਗਾ। ਜੇਕਰ ਆਪਾਂ ਗੱਲ ਕਰਦੇ ਹਾਂ ਉੱਥੇ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਸੀਗੀ ਉਹ ਕਿਸ ਤਰ੍ਹਾਂ ਦੀ ਸੀ, ਉੱਥੇ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਸੀਗੀ ਮੇਨਲੀ ਤਾਂ ਉਹ ਵਿਲੇਜਸ ਦੇ ਵਿੱਚ ਰਹਿੰਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਅਤੇ ਉਹਨਾਂ ਦਾ ਜਿਹੜਾ ਮੇਨ ਜਿਹੜਾ ਕੰਮ ਹੁੰਦਾ ਸੀ ਉਹ ਹੁੰਦਾ ਸੀ ਐਗਰੀਕਲਚਰ ਦਾ, ਖੇਤੀਬਾੜੀ ਦਾ ਮੇਨਲੀ ਇਹਨਾਂ ਦੁਆਰਾ ਕੰਮ ਕੀਤਾ ਜਾਂਦਾ ਸੀਗਾ। ਅਮੀਰ ਲੋਕ ਸ਼ਹਿਰਾਂ ਦੇ ਬਿਲਕੁਲ ਹੀ ਵਿੱਚ ਰਹਿੰਦੇ ਹੁੰਦੇ ਸੀਗੇ, ਵਪਾਰੀ ਵਰਗ ਅਤੇ ਜਿਹੜੇ ਵੀ ਸ਼ਿਲਪਕਾਰ ਹੁੰਦੇ ਸੀਗੇ ਹੱਥਾਂ ਨਾਲ ਬਣਾਉਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਰਹਿੰਦੇ ਸੀਗੇ ਕੋਸਟ 'ਤੇ। ਕੋਸਟ ਤੋਂ ਭਾਵ ਇਹ ਆ ਤੱਟਵਰਤੀ ਖੇਤਰ ਦੇ ਲਾਗੇ ਛਾਗੇ ਰਹਿੰਦੇ ਸੀਗੇ, ਮਤਲਬ ਉਹਨਾਂ ਨੇ ਵਪਾਰ ਕਰਨਾ ਹੁੰਦਾ ਸੀਗਾ ਜਿਹਦੇ ਕਰਕੇ ਉੱਥੇ ਰਹਿੰਦੇ ਹੁੰਦੇ ਸੀਗੇ। ਲੋਕਾਂ ਨੂੰ ਉਸ ਟਾਈਮ ਦੇ ਵਿੱਚ ਵੀ ਟੈਕਸ ਵਗੈਰਾ ਦੇਣਾ ਪੈਂਦਾ ਸੀਗਾ। ਉਸ ਟਾਈਮ ਦੇ ਵਿੱਚ ਮਿਊਜ਼ਿਕ ਹੋ ਗਿਆ, ਡਾਂਸ ਵਗੈਰਾ ਹੋ ਗਿਆ, ਪੋਇਟਰੀ ਨੂੰ ਪੜ੍ਹਨਾ ਹੋ ਗਿਆ, ਗੈਂਬਲਿੰਗ ਜਿਹਨੂੰ ਤੁਸੀਂ ਜੂਏ ਦਾ ਕੰਮ ਕਹਿ ਦਿੰਦੇ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਐਜ਼ ਆ ਮਨੋਰੰਜਨ ਲਈ ਇਹਨਾਂ ਨੂੰ ਕਾਫੀ ਜ਼ਿਆਦਾ ਇਹਨਾਂ ਦੀ ਜਿਹੜੀ ਵਰਤੋਂ ਸੀਗੀ ਉਹ ਕੀਤੀ ਜਾਂਦੀ ਸੀ। ਜੇਕਰ ਆਪਾਂ ਰਿਲੀਜਨ ਦੀ ਗੱਲ ਕਰਦੇ ਹਾਂ, ਧਰਮ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਇੱਥੇ ਦੇ ਲੋਕਾਂ ਦਾ ਕੋਈ ਸਪੈਸੀਫਿਕ ਰਿਲੀਜਨ ਨਹੀਂ ਸੀ, ਇੱਥੇ ਦੇ ਲੋਕ ਕੀ ਕਰਦੇ ਸੀਗੇ, ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਨੌਰਥ ਇੰਡੀਆ ਦੇ ਵਿੱਚ ਜੈਨ ਧਰਮ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀਗਾ, ਬੁੱਧ ਧਰਮ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀ, ਐਂਡ ਕੁਝ ਲੋਕ ਤਾਂ ਆਪਣੇ ਹੀ ਉਹਨਾਂ ਨੇ ਰੱਬ ਬਣਾਏ ਹੋਏ ਸੀ। ਇੱਥੇ ਵੀ ਤੁਹਾਨੂੰ ਇਹੀ ਗੱਲ ਜਿਹੜੀ ਹੈ ਉਹ ਵੇਖਣ ਨੂੰ ਮਿਲਦੀ ਹੈ ਕਿ ਇੱਥੇ ਜਿਹੜੇ ਮੈਜੋਰਟੀ ਆਫ ਲੋਕ ਸੀਗੇ ਉਹ ਆਪਣੇ ਆਪਣੇ ਰੱਬ ਦੀ ਜਿਹੜੀ ਪੂਜਾ ਸੀਗੀ ਉਹ ਕਰਦੇ ਹੁੰਦੇ ਸੀ। ਜਿਵੇਂ ਸਮੁੰਦਰਾਂ ਦੇ ਲਾਗੇ ਰਹਿਣ ਵਾਲੇ ਲੋਕ ਜਿਹੜੇ ਹੁੰਦੇ ਸੀ ਉਹ ਜਿਹੜੇ ਸੀ ਗੋਡਸ ਹੁੰਦੇ ਨੇ, ਸਮੁੰਦਰਾਂ ਦੇ ਜਿਹੜੇ ਦੇਵਤਾ ਹੁੰਦੇ ਨੇ ਉਹਨਾਂ ਦੀ ਜਿਹੜੀ ਪੂਜਾ ਹੈਗੀ ਆ ਉਹ ਕਰਦੇ ਹੁੰਦੇ ਸੀ। ਇੱਕ ਮੋਰਗਨ ਨਾਮ ਦੇ ਵੀ ਇੱਕ ਦੇਵਤਾ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਕਾਰਤਿਕਾ ਦਾ ਵੀ ਨਾਮ ਦਿੱਤਾ ਗਿਆ ਨੌਰਥ ਦੇ ਵਿੱਚ। ਇਹਨਾਂ ਦੀ ਵੀ ਜਿਹੜੀ ਵਰਸ਼ਿਪਿੰਗ ਹੈਗੀ ਆ ਇਸ ਟਾਈਮ ਦੇ ਵਿੱਚ ਇਹਨਾਂ ਲੋਕਾਂ ਦੁਆਰਾ ਕੀਤੀ ਜਾਂਦੀ ਸੀਗੀ, ਭਾਵ ਇਹ ਕਿ ਇੱਥੇ ਦੇ ਲੋਕ ਆਪਦੇ ਆਪ ਦੇ ਇਹਨਾਂ ਨੇ ਦੇਵੀ ਦੇਵਤਾ ਬਣਾਏ ਹੋਏ ਸੀਗੇ। ਜੇਕਰ ਆਪਾਂ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ, ਈਸਾਈ ਜਿਹੜਾ ਧਰਮ ਹੈਗਾ ਇਹ ਕਦੋਂ ਤੋਂ ਆਉਣਾ ਸ਼ੁਰੂ ਹੋਇਆ, ਇਹਦੇ ਬਾਰੇ ਆਪਾਂ ਨੂੰ ਕੀ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਦਾ ਹੈ? ਜੇਕਰ ਆਪਾਂ ਪਹਿਲੀ ਸ਼ਤਾਬਦੀ ਦੀ ਗੱਲ ਕਰਦੇ ਹਾਂ ਏਡੀ ਦੇ ਵਿੱਚ, ਇੱਕ ਜਿਹੜਾ ਨਵਾਂ ਧਰਮ ਸੀਗਾ ਇਹ ਇੰਟਰੋਡਿਊਸ ਕੀਤਾ ਗਿਆ ਵੈਸਟਰਨ ਏਸ਼ੀਆ ਦੇ ਦੁਆਰਾ। ਵੈਸਟ ਤੋਂ ਇਹ ਧਰਮ ਆਇਆ ਸੀਗਾ ਭਾਰਤ ਦੇ ਵਿੱਚ, ਲਿਆਂਦਾ ਗਿਆ ਭਾਰਤ ਵਿੱਚ ਹੀ। ਸਭ ਤੋਂ ਪਹਿਲਾਂ ਮਾਲਾਬਾਰ ਜਿਹੜਾ ਕੋਸਟ ਹੈ ਜੀ ਚੇਨਈ ਦੇ ਵਿੱਚ, ਐਂਡ ਮਾਲਾਬਾਰ ਕੋਸਟ ਐਂਡ ਚੇਨਈ ਦੇ ਵਿੱਚ ਇਹ ਤੁਹਾਨੂੰ ਵੇਖਣ ਨੂੰ ਮਿਲਿਆ ਸੀਗਾ। ਅਤੇ ਕੁਝ ਆਪਾਂ ਨੂੰ ਲਿਖਤ ਜਿਹੜੇ ਦਸਤਾਵੇਜ਼ ਨੇ ਉਹਨਾਂ ਤੋਂ ਆਪਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ 7ਵੀਂ ਸ਼ਤਾਬਦੀ ਦੇ ਵਿੱਚ 7th century ਦੇ ਵਿੱਚ ਕੁਝ ਕ੍ਰਿਸਚਨ ਇੰਡੀਅਨ ਜਿਹੜੀ ਕਮਿਊਨਿਟੀ ਸੀਗੀਆਂ ਇਹ ਕੇਰਲਾ ਦੇ ਵਿੱਚ ਇਹ ਰਹਿੰਦੀਆਂ ਹੁੰਦੀਆਂ ਸੀਗੀਆਂ। ਜੇਕਰ ਆਪਾਂ ਉੱਤਰੀ ਭਾਰਤ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੇਨਲੀ ਆਪਾਂ ਨੂੰ ਅਲੈਗਜ਼ੈਂਡਰ ਦੀ ਜਿਹੜੀ ਆਪਾਂ ਪ੍ਰੀਵੀਅਸ ਵੀਡੀਓ ਪੜ੍ਹੀ ਸੀਗੀ ਉਹਦੇ ਵਿੱਚ ਆਪਾਂ ਸਮਝਿਆ ਸੀਗਾ ਕਿ ਕਿਵੇਂ ਅਲੈਗਜ਼ੈਂਡਰ ਆਉਂਦਾ ਸੀਗਾ, ਉਹਨੇ ਆਪਦੇ ਕੁਝ ਸੈਨਾਪਤੀਆਂ ਨੂੰ ਨਿਯੁਕਤ ਕਰ ਦਿੱਤਾ। ਸੈਲੂਕਸ ਨਿਕੋਟਰ ਨਾਮ ਦਾ ਵੀ ਇੱਕ ਇਹੋ ਜਿਹਾ ਪਰਸਨ ਸੀਗਾ ਜਿਹਨੂੰ ਬਾਅਦ ਦੇ ਵਿੱਚ ਇੱਧਰ ਕੁਝ ਭਾਰਤੀਆਂ ਰਾਜਾਵਾਂ ਦੁਆਰਾ ਹਰਾ ਦਿੱਤਾ ਗਿਆ ਸੀ। ਸੋ ਇੱਧਰ ਆਪਾਂ ਅਲੈਗਜ਼ੈਂਡਰ ਦੀ ਜਦੋਂ ਗੱਲ ਕਰ ਰਹੇ ਸੀ ਅਤੇ ਅਲੈਗਜ਼ੈਂਡਰ ਨੇ ਕੀ ਕੀਤਾ, ਅਲੈਗਜ਼ੈਂਡਰ ਨੇ ਮਤਲਬ ਐਵੇਂ ਹੀ ਹਮਲਾ ਵਗੈਰਾ ਕਰ ਦਿੰਦਾ ਸੀ, ਉੱਥੇ ਆਪਦੇ ਜਿਹੜੇ ਗਵਰਨਰ ਨੇ ਉਹ ਨਿਯੁਕਤ ਕਰਕੇ ਉੱਥੋਂ ਚਲਾ ਜਾਂਦਾ ਸੀ, ਵੋਇਸ ਰਾਏ ਕਹਿ ਸਕਦੇ ਹਾਂ, ਉਹਨੇ ਵੋਇਸ ਰਾਏ ਨਿਯੁਕਤ ਕੀਤੇ ਅਤੇ ਉੱਥੋਂ ਚਲਾ ਗਿਆ ਜਿਹੜੇ ਵੀ ਉਹ ਖੇਤਰਫਲ ਜਿੱਤ ਲੈਂਦਾ ਸੀ। ਇਸੇ ਤਰ੍ਹਾਂ ਹੀ ਡੈਮੇਟ੍ਰੀਅਸ ਨਾਮ ਦਾ ਵੀ ਇੱਕ ਹੋਰ ਪਰਸਨ ਸੀਗਾ, ਮਤਲਬ ਜਿਹਨੂੰ ਐਜ਼ ਆ ਗਵਰਨਰ ਜਾਂ ਫਿਰ ਵੋਇਸ ਰਾਏ ਤੈਨਾਤ ਕੀਤਾ ਗਿਆ ਸੀਗਾ। ਕਿਹਦੇ ਦੁਆਰਾ? ਅਲੈਗਜ਼ੈਂਡਰ ਦੁਆਰਾ। ਇੱਥੇ ਆਪਾਂ ਇੱਕ ਹੋਰ ਮੈਨੈਂਡਰ ਨਾਮ ਦਾ ਜਿਹੜਾ ਇੱਕ ਇਨਵੇਡਰ ਸੀਗਾ, ਹਮਲਾਵਰ ਸੀਗਾ, ਇਹਦੇ ਬਾਰੇ ਵੀ ਆਪਾਂ ਪੜ੍ਹਦੇ ਹਾਂ ਕਿ ਪੁਸ਼ਯਾਮਿਤਰਾ ਸ਼ੁੰਗ ਦੇ ਨਾਮ ਦੇ ਵਿੱਚ, ਮਤਲਬ ਪੁਸ਼ਯਾਮਿਤਰਾ ਸ਼ੁੰਗ ਜਿਹੜਾ ਸੀਗਾ ਜਿਹਨੇ ਕਿਹਨੂੰ ਮਾਰਿਆ ਸੀ, ਜਿਹਨੂੰ ਮਾਰਿਆ ਸੀਗਾ ਜਿਹੜਾ ਮੌਰਿਆ ਵੰਸ਼ ਦਾ ਜਿਹੜਾ ਲਾਸਟ ਰਾਜਾ ਸੀ ਬ੍ਰਹਿਦਰਥ, ਉਹਨੂੰ ਮਾਰਿਆ ਗਿਆ ਸੀਗਾ। ਕਿਹਦੇ ਦੁਆਰਾ? ਉਹਨੂੰ ਪੁਸ਼ਯਾਮਿਤਰਾ ਸ਼ੁੰਗ ਨੇ ਮਾਰਿਆ ਸੀ। ਮਤਲਬ ਇਹਦੇ ਵਿੱਚ ਜਿਹੜਾ ਮੈਨੈਂਡਰ ਸੀ ਇਹਨੇ ਇਹਦੇ 'ਤੇ ਹਮਲਾ ਕੀਤਾ ਅਤੇ ਕੁਝ ਇਹਨੇ ਪੰਜਾਬ ਦਾ ਜਿਹੜਾ ਹਿੱਸਾ ਹੈ ਅਤੇ ਕੁਝ ਪਾਕਿਸਤਾਨ ਦਾ ਹਿੱਸਾ, ਕੁਝ ਕਸ਼ਮੀਰ ਦਾ ਜਿਹੜਾ ਹਿੱਸਾ ਹੈ ਇਹਨੇ ਇਹ ਕਬਜ਼ਾ ਲਿਆ ਸੀ। ਆਪਾਂ ਪੁਸ਼ਯਾਮਿਤਰਾ ਸ਼ੁੰਗਾ ਦੇ ਟਾਈਮ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਇਹਨੇ ਕੀ ਕਰ ਲਿਆ, ਇਹਨੇ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ। ਜੇਕਰ ਆਪਾਂ ਬੁੱਧਿਸਟ ਲਿਟਰੇਚਰ ਦੀ ਗੱਲ ਕਰਦੇ ਹਾਂ, ਇਹਨੂੰ ਮਿਲਿੰਡਾ ਨਾਮ ਦੇ ਰਾਜਾ ਨਾਲ ਜਾਣਿਆ ਜਾਂਦਾ। ਕਿਹਦੇ ਨਾਮ ਨਾਲ ਜਾਣਿਆ ਜਾਂਦਾ? ਮਿਲਿੰਡਾ ਨਾਮ ਦੇ ਰਾਜਾ ਨਾਲ ਇਹਨੂੰ ਜਾਣਿਆ ਜਾਂਦਾ ਹੈ। ਸਿਥੀਅਨ ਨਾਮ ਦਾ ਤੁਹਾਨੂੰ ਇੱਕ ਹੋਰ ਕਬੀਲਾ ਵੇਖਣ ਨੂੰ ਮਿਲਦਾ ਹੈ ਜਿਹਨੂੰ ਦੂਜਾ ਜਿਹੜਾ ਨਾਮ ਦਿੱਤਾ ਗਿਆ ਸੀਗਾ ਉਹ ਨਾਮ ਦਿੱਤਾ ਗਿਆ ਸੀਗਾ ਸ਼ਕਸ ਦਾ। ਸ਼ਕ ਨਾਮ ਦਾ ਇੱਕ ਹੋਰ ਸਿਥੀਅਨ ਨਾਮ ਦਾ ਇੱਕ ਹੋਰ ਕਬੀਲਾ ਤੁਹਾਨੂੰ ਵੇਖਣ ਨੂੰ ਮਿਲਦਾ ਹੈ
ਜਿਹੜੇ ਕਿ ਸੈਂਟਰਲ ਏਸ਼ੀਆ ਤੋਂ ਆਏ ਸੀ, ਮੱਧਵਰਤੀ ਏਸ਼ੀਆ ਤੋਂ ਆਏ ਸੀਗੇ। ਇਹ ਵੀ ਹਮਲਾਵਰ ਸੀਗੇ। ਇਹਨਾਂ ਨੇ ਕੀ ਕੀਤਾ, ਇਹ ਭਾਰਤ ਦੇ ਵਿੱਚ ਹੀ ਸੈਟਲ ਹੋ ਗਏ ਸੀ। ਇਹਨਾਂ ਤੋਂ ਪਹਿਲਾਂ ਵੀ ਆਏ ਸੀਗੇ, ਜਿਨ੍ਹਾਂ ਨੇ ਪਹਿਲਾਂ ਕੁਝ ਨੌਰਥ ਵੈਸਟ ਪੰਜਾਬ ਦਾ ਹਿੱਸਾ ਕਬਜ਼ਾ ਲਿਆ ਸੀ, ਕੁਝ ਮਥੁਰਾ ਦਾ ਹਿੱਸੇ ਦੇ ਵਿੱਚ ਰਹਿਣ ਲੱਗ ਗਏ ਸੀਗੇ। ਬਟ ਬਾਅਦ ਵਿੱਚ ਇਹਨਾਂ ਨੇ ਲਾਸਟ ਵਿੱਚ ਗੁਜਰਾਤ ਐਂਡ ਵੈਸਟਰਨ ਇੰਡੀਆ, ਕੁਝ ਉਜੈਨ ਦਾ ਜਿਹੜਾ ਮੱਧ ਪ੍ਰਦੇਸ਼ ਦਾ ਜਿਹੜਾ ਪਾਰਟ ਹੈਗਾ ਜੀ, ਇਹਦੇ ਵਿੱਚ ਇਹਨਾਂ ਨੇ ਕਬਜ਼ਾ ਕਰ ਲਿਆ ਗਿਆ ਸੀਗਾ। ਇੱਕ ਰੁਦਰਦਾਮਨ ਪਹਿਲਾ, ਰੁਦਰਦਾਮਨ ਪਹਿਲਾ ਇੱਕ ਜਿਹੜਾ ਰਾਜਾ ਸੀ, ਸ਼ਕ ਵੰਸ਼ ਦਾ ਜਾਂ ਫਿਰ ਸਿਥੀਅਨ ਵੰਸ਼ ਦਾ ਇੱਕ ਬਹੁਤ ਹੀ ਫੇਮਸ ਰਾਜਾ ਸੀਗਾ, ਜਿਹਨੇ ਕਿ ਦੂਜੀ ਸ਼ਤਾਬਦੀ ਵਿੱਚ ਇੱਥੇ ਇਹਨਾਂ ਨੇ ਰਾਜ ਕੀਤਾ ਸੀਗਾ। ਐਂਡ ਬਾਅਦ ਵਿੱਚ ਚੰਦਰਗੁਪਤ ਟੂ, ਜਿਹਨੂੰ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਸੀ, ਉਹਨੇ ਇਹਨਾਂ ਦੇ ਜਿਹੜੇ ਵੰਸ਼ ਨੂੰ ਕਹਿ ਸਕਦੇ ਹਾਂ ਕਿ ਉਹ ਹਰਾ ਦਿੱਤਾ ਸੀਗਾ ਅਤੇ ਆਪ ਰਾਜਾ ਬਣ ਗਿਆ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਾਰਥੀਅਨਸ ਦੀ। ਪਾਰਥੀਅਨਸ ਨੂੰ ਮੇਨਲੀ ਪੱਲਵ ਵੰਸ਼ ਵੀ ਕਿਹਾ ਜਾਂਦਾ। ਇਹ ਵੀ ਲੋਕ ਬਾਹਰੋਂ ਆਏ ਸੀਗੇ, ਫੋਰਨਰ ਲੋਕ ਸੀਗੇ। ਇਹਨਾਂ ਦਾ ਗੋਡੋਫਰਨਿਜ਼ ਨਾਮ ਦਾ ਇੱਕ, ਇਹਨਾਂ ਦਾ ਬੜਾ ਹੀ ਮਸ਼ਹੂਰ ਗੋਡੋਫਰਨਿਜ਼ ਨਾਮ ਦਾ ਇੱਕ, ਇਹਨਾਂ ਦਾ ਇੱਕ ਮਹਾਨ ਰਾਜਾ ਹੁੰਦਾ ਸੀਗਾ। ਇਹਦੇ ਬਾਰੇ ਵੀ ਇੱਥੇ ਗੱਲ ਕਹੀ ਗਈ ਆ। ਜਿਹਨੇ ਕਿ ਕਾਫੀ ਸਾਰੇ ਜਿਹੜੇ ਸਿੱਕੇ ਹੈਗੇ ਆ, ਕੋਪਰ ਦੇ ਸਿੱਕੇ, ਤਾਂਬੇ ਦੇ ਜਿਹੜੇ ਸਿੱਕੇ ਹੈਗੇ ਆ, ਇਹਦੇ ਦੁਆਰਾ ਜਾਰੀ ਕੀਤੇ ਗਏ ਸੀ। ਪਾਰਥੀਅਨ ਨੇ ਜਿਹੜਾ ਮੇਨ ਕਬਜ਼ਾ ਕੀਤਾ ਹੋਇਆ ਸੀਗਾ, ਸ਼ਾਸਨ ਕਰਦਾ ਸੀ, ਇਹ ਪੰਜਾਬ ਐਂਡ ਵੈਸਟਰਨ ਯੂਪੀ ਤੋਂ ਹੀ ਇਹਦਾ ਜਿਹੜਾ ਸ਼ਾਸਨ ਸੀ ਉਹ ਚੱਲਦਾ ਹੁੰਦਾ ਸੀਗਾ। ਗੋਡੋਫਰਨਿਜ਼ ਦੀ ਮ੍ਰਿਤਿਊ ਤੋਂ ਬਾਅਦ ਜਿਹੜਾ ਪੱਲਵ ਵੰਸ਼ ਸੀਗਾ, ਇਹਦਾ ਜਿਹੜਾ ਖਾਤਮਾ ਹੈਗਾ ਜੀ, ਉਹ ਹੋ ਚੁੱਕਾ ਸੀ। ਜੇਕਰ ਆਪਾਂ ਕੁਸ਼ਾਨ ਵੰਸ਼ ਦੀ ਗੱਲ ਕਰਦੇ ਹਾਂ, ਕੁਸ਼ਾਨ ਵੰਸ਼ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੇ ਰੂਲਰ ਸੀਗੇ, ਇਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਮੰਨਿਆ ਜਾਂਦਾ ਕਿ ਇਹ ਵੀ ਸੈਂਟਰਲ ਏਸ਼ੀਆ ਤੋਂ ਹੀ ਆਏ ਸੀ ਅਤੇ ਇਹ ਚਾਈਨਾ ਬਾਰਡਰ 'ਤੇ ਰਹਿੰਦੇ ਹੁੰਦੇ ਸੀਗੇ, ਚਾਈਨਾ ਬਾਰਡਰ 'ਤੇ ਰਹਿੰਦੇ ਹੁੰਦੇ ਸੀਗੇ। ਬਟ ਹੌਲੀ ਹੌਲੀ ਇਹਨਾਂ ਨੇ ਕੀ ਕੀਤਾ, ਪਹਿਲੀ ਸ਼ਤਾਬਦੀ ਵਿੱਚ ਇਹ ਪਿਛਾਂ ਨੂੰ ਆਉਂਦੇ ਗਏ ਅਤੇ ਅਫਗਾਨਿਸਤਾਨ ਪਹੁੰਚ ਗਏ। ਅਫਗਾਨਿਸਤਾਨ ਆਉਣ ਤੋਂ ਬਾਅਦ ਇਹਨਾਂ ਦਾ ਇੱਕ ਰਾਜਾ ਸੀ ਕੁਜ਼ੁਲ ਕੈਡਫੇਸਿਜ਼। ਕੁਜ਼ੁਲ ਕੈਡਫੇਸਿਜ਼ ਦਾ ਨਾਮ ਦਾ ਜਿਹੜਾ ਇੱਕ ਰਾਜਾ ਸੀਗਾ, ਇਹ ਮੇਨ ਇਹਨਾਂ ਦਾ ਰਾਜਾ ਮੰਨਿਆ ਜਾਂਦਾ ਸੀ ਕਿ ਇਹਨੇ ਪੰਜਾਬ ਤੱਕ ਜਿਹੜਾ ਆਪਦਾ ਜਿਹੜਾ ਸ਼ਾਸਨ ਹੈਗਾ ਜਾਂ ਫਿਰ ਜਿਹੜਾ ਵਿਸਤਾਰ ਹੈਗਾ ਉਹ ਕਰ ਲਿਆ ਸੀਗਾ। ਕਨਿਸ਼ਕ ਨਾਮ ਦਾ ਵੀ ਇੱਕ ਇਹਨਾਂ ਦਾ ਬੜਾ ਹੀ ਫੇਮਸ ਜਿਹੜਾ ਰਾਜਾ ਹੈ, ਇਹਦੇ ਬਾਰੇ ਤੁਸੀਂ ਨਾਮ ਵੀ ਸੁਣਿਆ ਹੋਊਗਾ, ਇਹ ਵੀ ਇਹਨਾਂ ਦਾ ਹੀ ਰਾਜਾ ਸੀਗਾ ਜਿਹਨੇ ਰਾਜ ਕੀਤਾ ਸੀ 78 AD ਤੋਂ ਲੈ ਕੇ 102 AD ਤੱਕ ਇਹਨੇ ਰਾਜ ਕੀਤਾ ਸੀਗਾ। ਇਹ ਬੜਾ ਹੀ ਮਤਲਬ ਇਹਨੇ ਬਹੁਤ ਹੀ ਜ਼ਿਆਦਾ ਜਿਹੜੀਆਂ ਜੰਗਾਂ ਨੇ ਉਹ ਜਿੱਤੀਆਂ ਸੀਗੀਆਂ ਆਪਦੇ ਰਾਜ ਨੂੰ, ਜਿਵੇਂ ਕਿ ਇਹਨੇ ਬਿਹਾਰ ਤੱਕ, ਸੈਂਟਰ ਇੰਡੀਆ ਦੇ ਗੁਜਰਾਤ, ਸਿੰਧ, ਪੰਜਾਬ ਦੇ ਵਿੱਚ, ਜਿਹੜਾ ਕਿ ਪਾਕਿਸਤਾਨ ਵਿੱਚ ਪੰਜਾਬ ਹੈਗਾ, ਅਫਗਾਨਿਸਤਾਨ ਐਂਡ ਬੈਕਟੀਰੀਆ ਤੱਕ ਇਹਨੇ ਜਿਹੜਾ ਆਪਦਾ ਸ਼ਾਸਨ ਹੈਗਾ ਉਹ ਫੈਲਾ ਲਿਆ ਸੀ, ਜਿਹੜਾ ਆਪਦਾ ਸਾਮਰਾਜ ਸੀ। ਇੱਕ ਚਾਈਨੀਜ਼ ਜਨਰਲ ਸੀਗਾ ਪੈਨ ਚਾਓ, ਇਹਦੇ ਨਾਲ ਵੀ ਇਹਨੇ ਯੁੱਧ ਕੀਤਾ ਸੀਗਾ। ਕਿਹਨੇ? ਕਨਿਸ਼ਕ ਨੇ। ਕਨਿਸ਼ਕ ਵੀ ਅਸ਼ੋਕਾ ਦੇ ਵਾਂਗੂ ਹੀ ਬੁੱਧ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਸੀਗਾ, ਬੁੱਧ ਧਰਮ ਦਾ ਫੋਲੋਵਰ ਸੀ। ਐਂਡ ਇਹਨੇ ਚੌਥੀ ਬੁੱਧ ਦੀ ਜਿਹੜੀ ਬੈਠਕ ਹੁੰਦੀ ਆ ਉਹ ਇਹਨੇ ਬੁਲਵਾਈ ਸੀਗੀ। ਇਹਨੇ ਕਾਫੀ ਜ਼ਿਆਦਾ ਜਿਹੜੇ ਬੁੱਧਿਸਟ ਜਿਹੜੇ ਸਤੂਪ ਹੁੰਦੇ ਨੇ ਉਹ ਇਹਦੇ ਦੁਆਰਾ ਬਣਾਏ ਗਏ ਸੀ, ਕਾਫੀ ਸਾਰੇ ਜਿਹੜੀਆਂ ਮੋਨੈਸਟਰੀਜ਼ ਹੁੰਦੀਆਂ ਨੇ, ਜਿਹੜੇ ਮੱਠ ਹੁੰਦੇ ਨੇ, ਇਹਦੇ ਦੁਆਰਾ ਬਣਾਏ ਗਏ ਸੀ। ਐਂਡ ਕੁਝ ਸਕੋਲਰ ਜਿਹੜੇ ਹੁੰਦੇ ਨੇ, ਵਿਦਵਾਨ ਹੁੰਦੇ ਨੇ, ਅਸ਼ਵ ਘੋਸ਼ ਵਰਗੇ, ਇਹਦੇ ਹੀ ਕੋਟ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਸੀਗੇ। ਜੇਕਰ ਆਪਾਂ ਆਰਟ ਐਂਡ ਲਿਟਰੇਚਰ ਦੀ ਗੱਲ ਕਰਦੇ ਹਾਂ, ਜੇਕਰ ਆਪਾਂ ਗੱਲ ਕਰਦੇ ਹਾਂ ਕਿ ਕਨਿਸ਼ਕ ਜਿਹੜਾ ਸੀਗਾ ਇਹ ਆਰਟ ਐਂਡ ਲਿਟਰੇਚਰ ਦਾ ਕਿੰਨਾ ਕੁ ਵੱਡਾ ਲਵਰ ਸੀ, ਫਿਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਨੂੰ ਆਰਟ ਐਂਡ ਲਿਟਰੇਚਰ ਦੇ ਵਿੱਚ ਬੜਾ ਹੀ ਇੰਟਰਸਟ ਸੀਗਾ। ਇਹਨੇ ਬੁੱਧਾ ਦੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਸਟੈਚੂ ਸੀਗੇ ਇਹ ਬਣਾਏ ਸੀ ਗੰਧਾਰ ਦੇ ਵਿੱਚ, ਨੌਰਥ ਵੈਸਟ ਪਾਕਿਸਤਾਨ ਜਿਹੜਾ ਸੀ ਉਹਦੇ ਵਿੱਚ। ਜਿਹੜੀ ਬੁੱਧਿਸਟ ਆਰਟ ਹੈਗੀ ਆ ਇਹ ਕਾਫੀ ਜ਼ਿਆਦਾ ਫੇਮਸ ਹੈਗੀ ਹੈ, ਇਹਦੇ ਵਿੱਚ ਮੇਨਲੀ ਗ੍ਰੀਕ ਐਂਡ ਇੰਡੀਅਨ ਜਿਹੜੇ ਫੀਚਰਸ ਹੈਗੇ ਨੇ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਇਹਨੂੰ ਗੰਧਾਰ ਆਰਟ ਕਿਹਾ ਜਾਂਦਾ। ਕੁਸ਼ਾਨ ਦੇ ਪੀਰੀਅਡ ਦੇ ਵਿੱਚ ਜਿਹੜਾ ਮਥੁਰਾ ਨਾਮ ਦੀ ਜਿਹੜੀ ਜਗ੍ਹਾ ਹੈ ਇਹ ਵੀ ਆਰਟ ਕਰਕੇ ਕਾਫੀ ਜ਼ਿਆਦਾ ਜਾਣੀ ਜਾਂਦੀ ਸੀ। ਕਨਿਸ਼ਕ ਨੇ ਬਹੁਤ ਜ਼ਿਆਦਾ ਸੋਨੇ ਦੇ ਅਤੇ ਤਾਂਬੇ ਦੇ ਜਿਹੜੇ ਸਿੱਕੇ ਸੀਗੇ ਇਹਦੇ ਦੁਆਰਾ ਹੀ ਜਾਰੀ ਕੀਤੇ ਗਏ ਸੀ। ਇਸ ਤੋਂ ਬਾਅਦ ਕੁਝ ਹੋਰ ਵੀ ਕੁਸ਼ਾਨ ਵੰਸ਼ ਦੇ ਰਾਜਾ ਆਏ, ਬਟ ਉਹ ਇੰਨੇ ਸ਼ਕਤੀਸ਼ਾਲੀ ਨਹੀਂ ਸੀ, ਜਿਨ੍ਹਾਂ ਦੇ ਬਾਰੇ ਆਪਾਂ ਇੰਨੀ ਗੱਲ ਨਹੀਂ ਕਰਾਂਗੇ। ਸੋ ਦੋਸਤੋ, ਇਹ ਆਪਣਾ ਚੈਪਟਰ ਸੀ। ਉਮੀਦ ਕਰਦਾ ਤੁਹਾਨੂੰ ਇਹ ਸੈਸ਼ਨ ਯੂਸਫੁਲ ਜ਼ਰੂਰ ਲੱਗਿਆ ਹੋਊਗਾ। ਇੱਥੋਂ ਤੁਹਾਨੂੰ ਕੁਝ ਜਿਹੜੇ ਪ੍ਰਸ਼ਨ ਨੇ ਇਹ ਤੁਹਾਡੇ PSAT ਐਂਡ CTET ਦੇ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਲਿਓ ਅਤੇ ਆਪਦੇ ਦੋਸਤਾਂ ਤੱਕ ਵੀ ਸ਼ੇਅਰ ਕਰ ਦਿਓ। ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਗੋਡ ਬੈਸ ਯੂ ਆਲ।